ਜਸਟ ਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ, ਟੂ ਦਾ ਪੁਆਇੰਟ, ਤੁਹਾਡਾ ਸਭ ਦਾ ਸਵਾਗਤ ਕਰਦਾ। ਜਦੋਂ ਪੰਜਾਬ ਪੁਲਿਸ ਦਾ ਜ਼ਿਕਰ ਹੁੰਦਾ ਤਾਂ ਉਦੋਂ ਪੋਲੀਟੀਕਲ ਪ੍ਰੈਸ਼ਰ ਦਾ ਜ਼ਿਕਰ ਹੁੰਦਾ, ਅਤੇ ਮੁੱਖ ਮੰਤਰੀ ਭਗਵੰਤ ਮਾਨ ਹਰਾ ਨੇ ਇਸ ਪੋਲੀਟੀਕਲ ਪ੍ਰੈਸ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪੁਲਿਸ ਨੂੰ ਫਰੀ ਹੈਂਡ ਦੇ ਦਿੱਤਾ। ਨਾਲ ਹੀ ਕਿਹਾ ਕਿ ਕੋਈ ਗਲਤ ਪਰਚਾ ਨਹੀਂ ਹੋਊਗਾ, ਕੋਈ ਜਿਹੜਾ ਸਿਆਸੀ ਦਖਲਦਾਸੀ ਹੈ ਜਿਹੜੀ ਉਸ ਤੋਂ ਮੁਕਤੀ ਹੈ। ਇਹ ਨਵੀਂ ਨਿਯੁਕਤੀ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਹਰਾ ਨੇ ਇਹ ਸਭ ਕੁਛ ਕਿਹਾ। ਜਦੋਂ ਇਹ ਸਭ ਕੁਛ ਕਿਹਾ ਤਾਂ ਜਿਹੜੀ ਆ ਵਿਰੋਧੀ ਧਿਰ ਹੈ ਉਹਨਾਂ ਦਾ ਪ੍ਰਤੀਕਰਮ ਕੀ ਆ, ਅਸੀਂ ਉਹ ਜਾਣਨ ਦੀ ਕੋਸ਼ਿਸ਼ ਵਿੱਚ ਬੈਠੇ ਹਾਂ। ਪੰਜਾਬ ਪੁਲਿਸ, ਪਰਚਾ ਅਤੇ ਪੋਲਿਟਿਕਸ, ਮੁੱਖ ਮੰਤਰੀ ਭਗਵੰਤ ਮਾਨ ਹਰਾ ਨੇ ਕਿਹਾ ਕੀ ਕੁਛ ਹੈ, ਪਹਿਲਾਂ ਸੁਣ ਲਈਏ। ਤੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ 150 ਨਵੇਂ ਹੈੱਡ ਕਾਂਸਟੇਬਲ ਭਰਤੀ ਹੋਏ ਨੇ। ਅੱਜ ਸ਼ਾਮ ਨੂੰ ਤੁਸੀਂ ਘਰ ਜਾਓਗੇ ਤਾਂ ਜਲੇਬੀਆਂ ਕੜਾਹੀਆਂ ਚੜ੍ਹਨਗੀਆਂ ਅਤੇ ਖੁਸ਼ੀਆਂ ਹੋਣਗੀਆਂ। ਪੰਜਾਬ ਪੁਲਿਸ ਦਾ ਖਾਸ ਤੌਰ 'ਤੇ ਨਵੀਨੀਕਰਨ, ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ। ਪਹਿਲੀ ਵਾਰ ਹੋਇਆ ਕਿ ਪੰਜਾਬ ਪੁਲਿਸ ਨੂੰ ਨਵੀਆਂ ਬ੍ਰੈਂਡ ਨਿਊ ਲੇਟੈਸਟ ਗੱਡੀਆਂ, ਮੋਟਰਸਾਈਕਲ, ਕੰਪਿਊਟਰ ਦਾ ਅਪਡੇਟ ਜਿਹੜਾ ਔਰ IA ਨਾਲ ਲੈ ਕੇ ਆ ਰਹੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ ਨਾਲ ਆਊਗੀ। ਕਿਉਂਕਿ ਮੈਨੂੰ ਪਤਾ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਸੀ ਪੁਲਿਸ 'ਤੇ। ਥਾਣੇ 'ਚ ਲੋਕ ਕਿਸੇ ਚਿੱਟਾ ਵੇਚਣ ਵਾਲੇ ਨੂੰ ਫੜਾ ਕੇ ਆਉਂਦੇ ਸੀ ਵੀ ਆਹ ਚਿੱਟਾ ਵੇਚਦਾ ਸੀ, ਫੜਿਆ ਜੀ ਪਿੰਡੇ ਨੂੰ, ਇਹ 'ਤੇ ਪਰਚਾ ਪਾਓ। ਇੰਨੇ ਨੂੰ ਫੋਨ ਆ ਜਾਂਦਾ ਸੀ ਕਿਸੇ ਤਾਹਾਂ ਤੋਂ, ਆਪਣੇ ਹੀ ਬੰਦਾ ਛੱਡ ਦਿਓ। ਸੋ ਅਸੀਂ ਇਹ ਸਭ ਤੋਂ ਪਹਿਲਾਂ ਕੱਟ ਕੀਤਾ। ਸਾਰੇ ਆਫਿਸਰ ਸਾਹਿਬਾਨ ਦੀ ਮੀਟਿੰਗ ਜਦੋਂ ਵੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਅਸੀਂ ਗਲਤ ਪਰਚਾ ਨਹੀਂ ਪਾਉਣਾ ਕਿਸੇ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਉਹ ਰਾਜਨੀਤਿਕ ਪਰਚੇ ਨਹੀਂ ਪਾਉਣੇ, ਝੂਠੇ ਪਰਚੇ ਨਹੀਂ ਪਾਉਣੇ। ਆਪਣੇ ਤੋਂ ਜਿਹੜੇ ਸਹੀ ਪਰਚੇ ਆ ਉਹੀ ਸੰਭਾਲੇ ਜਾਣ, ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜਾਵੇ, ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੀ ਜਿਹੜੀ ਹੈ ਇਨਸਾਫ਼ ਤੱਕ ਪਹੁੰਚਾ ਦਈਏ, ਜਿਹੜੇ ਪਰਿਵਾਰਾਂ ਨਾਲ ਧੱਕਾ ਹੋਇਆ ਉਹੀ ਬਹੁਤ ਹੈ। ਬੜਾ ਸਵਾਲ ਅਸੀਂ ਇਹ ਪੁੱਛਾਂਗੇ, ਪੰਜਾਬ ਪੁਲਿਸ ਨੂੰ ਪੋਲੀਟੀਕਲ ਪ੍ਰੈਸ਼ਰ ਤੋਂ ਮੁਕਤੀ ਵਾਲੇ ਮੁੱਖ ਮੰਤਰੀ ਦੇ ਦਾਅਵੇ 'ਤੇ ਵਿਰੋਧੀ ਧਿਰਾਂ ਕਿਉਂ ਭੜਕੀਆਂ? ਇਸੇ ਸਵਾਲ 'ਤੇ ਬਹਿਸ ਹੋਊਗੀ, ਜਿਹੜਾ ਪੈਨਲ ਸਾਡੇ ਨਾਲ ਤਾਰੁਫ ਕਰਾ ਰਿਹਾ ਅਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਡਾਕਟਰ ਪੂਨਮ ਮਾਨਿਕ, BJP ਦੇ ਸਪੋਕਸਪਰਸਨ ਨੇ, ਡਾਕਟਰ ਪੂਨਮ ਤੁਹਾਡਾ ਸਵਾਗਤ ਹੈ। ਹਰਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ, ਮਿਸਟਰ ਭੁੱਲਰ ਤੁਹਾਡਾ ਸਵਾਗਤ ਹੈ। ਐਡਵੋਕੇਟ ਅਰਸ਼ਪ੍ਰੀਤ ਸਿੰਘ ਖੜਿਆਲ, ਪੰਜਾਬ ਕਾਂਗਰਸ ਦੇ ਚੀਫ ਸਪੋਕਸਪਰਸਨ ਨੇ, ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ ਜਸਤੇਜ ਸਿੰਘ, ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਮਿਸਟਰ ਜਸਤੇਜ ਤੁਹਾਡਾ ਬਹੁਤ ਸਵਾਗਤ ਹੈ। ਕੁਲਛਿੰਦਰ ਸਿੰਘ, ਫਾਰਮਰ SSP ਨੇ, ਲੰਬਾ ਸਮਾਂ ਇਹਨਾਂ ਨੇ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਈਆਂ ਨੇ, ਇਹਨਾਂ ਨੂੰ ਪਤਾ ਕਿਸ ਤਰੀਕੇ ਨਾਲ ਸਭ ਕੁਝ ਹੁੰਦਾ ਅਤੇ ਪੰਜਾਬ ਪੁਲਿਸ ਦਾ ਜਿਹੜਾ ਮੁਕੱਦਮਾ ਕਾਨੂੰਨ ਦੀ ਕਚਹਿਰੀ ਵਿੱਚ ਜਾਂਦਾ ਅਤੇ ਉੱਥੇ ਵੀ ਕੁਲਛਿੰਦਰ ਸਿੰਘ ਹਰਾਂ ਨੂੰ ਬਹੁਤ ਕੁਝ ਪਤਾ ਕਿਉਂਕਿ ਅੱਜ ਕੱਲ੍ਹ ਇਹ ਲਾਅ ਦੀ ਪ੍ਰੈਕਟਿਸ ਵੀ ਕਰਦੇ ਪਏ। ਕੁਲਛਿੰਦਰ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ। ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਕਰਨਾ ਚਾਹੂੰਗਾ ਕੁਲਛਿੰਦਰ ਸਿੰਘ ਜੀ। ਕੁਲਛਿੰਦਰ ਸਿੰਘ ਜੀ, ਇਹ ਝੂਠੇ ਪਰਚਿਆਂ ਦੀ ਡੈਫੀਨੇਸ਼ਨ ਕੀ ਹੈ ਸਰ? ਸਿਆਸੀ ਪਰਚਿਆਂ ਦੀ ਡੈਫੀਨੇਸ਼ਨ ਕੀ ਹੈ? ਦੇਖੋ, ਝੂਠੇ ਪਰਚੇ ਦੀ ਡੈਫੀਨੇਸ਼ਨ ਇਹ ਹੈ ਵੀ ਜੇ ਕੋਈ ਤੁਸੀਂ ਕ੍ਰਾਈਮ ਹੋਇਆ ਨਹੀਂ ਹੁੰਦਾ ਜਾਂ ਉਹ ਕ੍ਰਾਈਮ ਇਹਨਾਂ ਘੱਟ ਕੀਤਾ, ਉਹਨਾਂ ਨੂੰ ਵਧਾ ਕੇ ਅਸੀਂ ਪ੍ਰੀਲ ਪ੍ਰੈਸ਼ਰ ਨਾਲ ਜਾਂ ਪੁਲਿਸ ਅਫਸਰ ਰੈਕੀ ਨਾਲ ਕੋਈ ਕੇਸ ਰਜਿਸਟਰ ਕਰ ਦਿੰਦੇ ਹਾਂ, ਅਸੀਂ ਉਹਨੂੰ ਝੂਠਾ ਪਰਚਾ ਕਹਿੰਦੇ। ਝੂਠੇ ਪਰਚੇ ਕਈ ਤਰ੍ਹਾਂ ਵੈਸੇ ਹੋਰ ਵੀ ਹੁੰਦੇ ਆ, ਜੇ ਲੜਾਈਆਂ ਵਿੱਚ ਹੁੰਦੇ, ਪਿੰਡਾਂ 'ਚ ਲੜਾਈਆਂ ਹੋਣੀਆਂ, ਉਹਦੇ 'ਚ ਕਈ ਗਲਤ ਨਾਂ ਲਿਖਾ ਦਿੰਦੇ ਆ, ਕੋਈ ਮਰਡਰ ਹੁੰਦਾ, ਕੋਈ ਲੜਾਈ ਹੁੰਦੀ ਹੈ, ਉਹਦੇ 'ਚ ਗਲਤ ਨਾਂ ਲਿਖਾਉਂਦੇ ਆ, ਪਰ ਉਹ ਇਨਵੈਸਟੀਗੇਸ਼ਨ ਜੇ ਅਫਸਰ ਚੰਗਾ ਹੋਵੇ ਜਾਂ ਠੀਕ ਇਨਵੈਸਟੀਗੇਟ ਕੀਤੀ ਜਾਵੇ ਤਾਂ ਉਹਨੂੰ ਕੱਢਣ ਦੇ ਪ੍ਰਵੀਰ ਵੀ ਹੈਗੇ ਆ, ਝੂਠੇ ਪਰਚੇ ਨੂੰ ਕੈਂਸਲ ਕਰਨ ਦੇ ਪ੍ਰਵੀਰ ਵੀ ਹੈਗੇ ਆ। ਇਹ ਨਹੀਂ ਉਹ ਕਦੀ ਹੋ ਸਕਦਾ ਵੀ ਝੂਠਾ ਪਰਚਾ ਰਜਿਸਟਰ ਕਦੀ ਹੋਵੇ ਹੀ ਨਾ। ਪੋਲੀਟੀਕਲ ਪ੍ਰੈਸ਼ਰ ਨਾਲ ਹੋਣਾ ਤਾਂ ਹੋਰ ਗੱਲ ਹੈ, ਕਈ ਵਾਰ ਲੋਕ ਵੀ ਝੂਠਾ ਪਰਚਾ ਦਰਜ ਕਰਾ ਦਿੰਦੇ ਆ, ਗਲਤ ਬੰਦਿਆਂ ਨਾਂ ਲਿਖਾ ਦਿੰਦੇ ਆ, ਜਾਂ ਕਦੀ ਕ੍ਰਾਈਮ ਹੋਇਆ ਹੀ ਨਹੀਂ ਹੁੰਦਾ ਉਹਨੂੰ ਕ੍ਰਾਈਮ ਬਣਾ ਕੇ ਲਿਖਾ ਦਿੰਦੇ ਆ,
ਜਿਹੜੀ ਗੱਲ ਸੱਚੀ ਲੱਗਦੀ ਹੁੰਦੀ, ਪਰ ਇਨਵੈਸਟੀਗੇਸ਼ਨ ਜਾ ਕੇ ਉਹਦਾ ਪ੍ਰੀਵੀਜ਼ਨ ਜ਼ਰੂਰ ਹੈਗਾ ਵੀ ਜਿਹੜਾ ਕੋਈ ਪਰਚਾ ਰਜਿਸਟਰ ਹੁੰਦਾ ਹੈ ਉਹਨੂੰ ਅਸੀਂ ਇੱਕ ਚਲਾਨ ਕਰ ਸਕਦੇ ਹਾਂ, ਜੇ ਉਹ ਕ੍ਰਾਈਮ ਨਹੀਂ ਲੱਭਦਾ ਉਹਨੂੰ ਅਨਟ੍ਰੇਸ ਭੇਜ ਸਕਦੇ ਹਾਂ, ਜੇ ਝੂਠਾ ਪਰਚਾ ਰਜਿਸਟਰ ਹੁੰਦਾ ਉਹਨੂੰ ਕੈਂਸਲ ਕਿਆ ਕਰਦੇ ਹਾਂ, ਔਰ ਜਿਹੜਾ ਪਰਚਾ ਰਜਿਸਟਰ ਕਰਾਉਣਾ ਉਹਦੇ ਖਿਲਾਫ਼ ਕਾਰਵਾਈ ਵੀ ਕਰ ਸਕਦੇ। ਕੁਲਸ਼ਿੰਦਰ ਸਿੰਘ ਜੀ, ਸੀ ਐਮ ਨੂੰ ਇਹ ਸਟੇਟਮੈਂਟ ਕਿਉਂ ਦੇਣੀ ਪਈ? ਦੇਖੋ ਇਹ ਸੀ ਐਮ ਸਾਹਿਬ ਨੂੰ ਪੋਲੀਟੀਕਲ ਸਟੇਟਮੈਂਟਾਂ ਦੇਣੀਆਂ ਦਿੰਦੇ ਆ ਕਿ ਪੁਰਾਣੀਆਂ ਸਰਕਾਰਾਂ ਦੀ ਕ੍ਰਿਟੀਸਿਜ਼ਮ ਕਰਨ ਦੇ ਵੀ ਦਿੰਦੇ ਆ ਕਿ ਪੁਰਾਣੀਆਂ ਸਰਕਾਰਾਂ ਦੀ ਕ੍ਰਿਟੀਸਿਜ਼ਮ ਕਰਨਾ ਹੁੰਦਾ ਵੀ ਉਹ ਇਹ ਨਹੀਂ ਕਰਦੇ ਸੀ, ਐਂ ਕਰਦੇ ਆ, ਜਿਹੜੀ ਵੀ ਸਰਕਾਰ ਆਉਂਦੀ ਉਹ ਪੁਰਾਣੀ ਸਰਕਾਰ ਦੀ ਕ੍ਰਿਟੀਸਿਜ਼ਮ ਕਰਦੀ ਹੈ, ਇਸ ਕਰਕੇ ਉਹ ਇਹ ਤੇ ਇਹਨਾਂ ਦੀ ਪੋਲੀਟੀਕਲ ਸਟੇਟਮੈਂਟਸ ਹੈਗੀਆਂ, ਇਹਨਾਂ ਦੇ ਲੋਕ ਰਾਜ 'ਚ ਸਾਰਾ ਕੁਝ ਚੱਲਦਾ ਆ, ਇੱਕ ਦੂਜੇ ਦੇ ਬਲੇਮ ਲਾਉਂਦੇ ਆ, ਪਹਿਲਾਂ ਕਦੀ ਵੀ ਅਸੀਂ ਵੀ ਜਦੋਂ ਭਰਤੀ ਕਦੇ ਹੋਇਆ ਪਹਿਲਾਂ ਭਰਤੀਆਂ ਹੁੰਦੀਆਂ ਸੀਆਂ, ਇਹ 2010 ਤੋਂ ਪਹਿਲਾਂ 10-15, 10-12 ਤੋਂ ਪਹਿਲਾਂ ਤਾਂ ਕਦੀ ਹੋਇਆ ਨੀ ਸੀ ਵੀ ਸੀ ਐਮ ਸਾਹਿਬ ਨਿਯੁਕਤੀ ਪੱਤਰ ਵੰਡਣ, ਹੌਲਦਾਰ ਨੂੰ ਪ੍ਰਮੋਟ ਜਾ ਕਰਨ ਜਾਂ ਭਰਤੀ ਕਰਨੇ ਆ, ਕੋਈ ਈਵਨ ਕੋਈ ਸਿਪਾਹੀ ਭਰਤੀ ਕਰਨੇ ਆ, ਇਹਦੇ ਇਹਦਾ ਹੁਣ ਇੰਨਾ ਚੱਲਣ ਚੱਲ ਪਿਆ ਵੀ ਪ੍ਰਾਈਮ ਮਿਨਿਸਟਰ ਵੀ ਵੰਡਣ ਲੱਗ ਗਿਆ। ਦੇਖੋ ਨਾ ਤੁਸੀਂ, ਇਹ ਕੋਈ ਜਿਹੜੇ ਨਿਯੁਕਤੀ ਪੱਤਰ ਵੰਡਣਾ ਆ ਕੋਈ ਨਾਮ ਥੋੜੋ ਆ, ਇਹ ਤਾਂ ਡਾਕ ਚਾਹੁੰਦੇ ਹੁੰਦੇ ਸੀ ਕਿ ਲੋਕਾਂ ਦੀ ਅਪਾਇੰਟਮੈਂਟ ਹੁੰਦੀ, ਡਾਕ ਨਿਯੁਕਤੀ ਪੱਤਰ ਆ ਜਾਂਦਾ ਸੀਗਾ, ਹੁਣ ਇਹਨੂੰ ਤੁਸੀਂ ਜੇ ਨੌਕਰੀਆਂ ਦਾ ਇੱਕ ਪ੍ਰੋਸੀਜਰ ਚੱਲਦਾ, ਇੱਕ ਜਦੋਂ ਤੋਂ ਵੀ ਸਰਕਾਰਾਂ ਚੱਲਦੀਆਂ ਨੌਕਰੀਆਂ ਮਿਲਦੀਆਂ, ਲੋਕ ਰਿਟਾਇਰ ਹੁੰਦੇ ਆ, ਨਵੀਆਂ ਭਰਤੀਆਂ ਹੁੰਦੀਆਂ, ਇਹ ਕੋਈ ਕੋਈ ਅਚੀਵਮੈਂਟ ਤਾਂ ਨਹੀਂ ਕਹੀ ਜਾ ਸਕਦੀ ਅਸੀਂ ਨਵੀਆਂ ਨੌਕਰੀਆਂ ਦੇ ਰਹੇ ਹਾਂ, ਹਰ ਸਰਕਾਰ ਦਿੰਦੀ ਰਹੀ ਹੈ, ਹਰ ਕੁਛ ਟਾਈਮ ਪੰਜਾਬ ਛੱਡ ਕੇ ਅੱਤਵਾਦ ਵਾਲਾ ਪੰਜਾਬ 10-15 ਸਾਲ ਛੱਡ ਕੇ ਉਦੋਂ ਭਰਤੀਆਂ ਬੰਦ ਸੀਆਂ, ਨਹੀਂ ਨਵੀਂ ਹੋਈਆਂ, ਅਦਰਵਾਈਜ਼ ਤਾਂ ਹੁੰਦੀਆਂ ਰਹਿੰਦੀਆਂ। ਕੁਲਸ਼ਿੰਦਰ ਜੀ ਵਾਪਸ ਆਊਗਾ ਸਰ, ਵਾਪਸ ਆਊਗਾ ਤੁਹਾਡੇ ਕੋਲ, ਕੰਟੀਨਿਊ ਪ੍ਰੋਸੀਜਰ ਹੈ। ਠੀਕ, ਵਾਪਸ ਆਊਗਾ। ਜਸਤੇਜ ਸਿੰਘ ਜੀ, ਜਸਤੇਜ ਸਿੰਘ, ਜਿਹੜੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਸਰ, ਇਹ ਤੁਹਾਡੀ ਸਰਕਾਰ ਵੇਲੇ ਹੀ ਨਿਯੁਕਤੀਆਂ ਕੱਢੀਆਂ ਗਈਆਂ ਸੀ, ਅਸਾਮੀਆਂ ਕੱਢੀਆਂ ਗਈਆਂ ਸੀ, ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਆ, ਜਾਂ ਪਿਛਲੀ ਸਰਕਾਰ ਵੇਲੇ ਸਾਡੀ ਸਰਕਾਰ ਵੇਲੇ ਕੀ ਜਦੋਂ ਅਸੀਂ ਅਪਾਇੰਟਿੰਗ। ਠੀਕ ਹੈ ਕੁਲਸ਼ਿੰਦਰ ਜੀ, ਮੈਂ ਸਵਾਲ ਆਮ ਆਦਮੀ ਪਾਰਟੀ ਤੋਂ ਲੈ ਰਿਹਾ। ਕੁਲਸ਼ਿੰਦਰ ਜੀ ਵਾਪਸ ਆ ਰਹੇ ਜਸਤੇਜ ਜੀ, ਜਸਤੇਜ ਜੀ, ਨਵੀਆਂ ਨਿਯੁਕਤੀਆਂ ਜਿਹੜੀਆਂ ਹੋਈਆਂ ਇਹ ਪੁਰਾਣੀ ਸਰਕਾਰ ਦੀ ਕੋਈ ਪੈਂਡਿੰਗ ਪਈਆਂ ਸੀ, ਜਾਂ ਤੁਹਾਡੀ ਸਰਕਾਰ ਵੇਲੇ ਹੀ ਇਹ ਭਰਤੀਆਂ ਅਸਾਮੀਆਂ ਕੱਢੀਆਂ ਗਈਆਂ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ? ਜਸਤੇਜ ਜੀ, ਇਹ ਗੱਲ ਮੈਨੂੰ ਨਹੀਂ ਪਤਾ ਕੁਲਜਿੰਦਰ ਜੀ ਨੇ ਮਾਨ ਸਾਹਿਬ ਨੂੰ ਸੁਣਿਆ ਕਿ ਨਹੀਂ ਸੁਣਿਆ, ਕਿਉਂਕਿ ਜੇ ਸੁਣਿਆ ਹੁੰਦਾ ਤੇ ਸ਼ਾਇਦ ਇਹਨਾਂ ਨੂੰ ਪਤਾ ਲੱਗਦਾ ਵੀ ਅੱਜ ਉੱਥੇ ਗੱਲ ਕੀ ਹੋਈ ਹੈ। ਖੈਰ ਐਨੀ ਹੋ, ਹੁਣ ਜੋ ਇਹ ਨਿਯੁਕਤੀ ਪੱਤਰ ਵੰਡੇ ਗਏ ਆ, ਜੇ ਮੈਂ ਪਹਿਲਾਂ ਤੁਹਾਡੀ ਗੱਲ ਤਾਂ ਸਪੈਸੀਫਿਕਲੀ ਜਵਾਬ ਦੇਵਾਂ, ਤੇ ਜਿਹੜੀ ਖਾਲੀ ਪਈਆਂ ਅਸਾਮੀਆਂ ਸੀਗੀਆਂ ਜਿਹੜੀਆਂ ਪਿਛਲੇ ਤਕਰੀਬਨ 7 ਸਾਲਾਂ ਤੋਂ ਭਰੀਆਂ ਨਹੀਂ ਗਈਆਂ, ਤੇ ਉਹ ਖਾਲੀ ਪਈਆਂ ਹੋਈਆਂ ਸੀਗੀਆਂ 80,000 ਸੀਗੇ 7-8 ਸਾਲ ਪਹਿਲਾਂ, ਤੇ ਅੱਜ ਵੀ 80,000 ਹੀ ਸੀਗੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ। ਤੇ ਜਿਹੜੀ ਖਾਲੀ, ਕਿਉਂਕਿ ਜਿਹੜੀ ਪ੍ਰੋਵੀਜ਼ਨ ਹੈ ਉਹ ਹੈਗੀ ਅਰਾਊਂਡ 1,15,000 ਦੇ ਆਸ ਪਾਸ, 10 ਜਾਂ 15,000 ਦੇ ਆਸ ਪਾਸ ਮੇਰੇ ਖਿਆਲ ਤੋਂ ਪਿਛਲੇ ਮਹੀਨੇ ਵੀ ਆਪਣੀ ਇਸ ਗੱਲ ਤੇ ਡਿਬੇਟ ਹੋਈ ਸੀਗੀ, ਜਿੱਥੇ ਮੈਂ ਸ਼ਾਇਦ ਇੱਕ ਅੰਕੜਾ ਦਿੱਤਾ ਸੀਗਾ, ਮਤਲਬ ਪਲੱਸ ਐਂਡ ਮਾਈਨਸ ਹੈ, ਇਹ ਇੰਨੀ ਪੋਸਟਾਂ ਹੈਗੀਆਂ, ਬਟ 80,000 ਜਿਹੜੀਆਂ ਹੈ ਉੱਥੇ ਹੀ ਟਿੱਕੀਆਂ ਪਈਆਂ ਸੀਗੀਆਂ, ਉਹ ਪੂਰੀਆਂ ਵੀ ਨਹੀਂ ਹੋਈਆਂ ਸੀ। ਤੇ ਇਹ ਇਸ ਵੇਲੇ ਜੋ ਹੈ ਇਹ ਨਿਯੁਕਤੀ ਪੱਤਰ ਉਹ ਵੰਡੇ ਗਏ ਹੈ ਜਿਹੜੇ ਕਿ ਆਲਰੇਡੀ ਅਸਾਮੀਆਂ ਖਾਲੀ ਪਈਆਂ ਸੀਗੀਆਂ। ਹੁਣ ਗੱਲ ਰਹੀ ਜਿਵੇਂ ਕੁਲਜਿੰਦਰ ਜੀ ਕਹਿ ਰਹੇ ਸੀ ਵੀ ਇਹ ਤਾਂ ਹੁਣੇ ਸਟਾਰਟ ਹੋ ਗਿਆ ਜੀ, ਏਦਾਂ ਹੁੰਦਾ ਸੀਗਾ, ਜੇ ਪਿਛਲੀ ਸਰਕਾਰਾਂ ਦੇ ਦੌਰਾਨ ਜੇ ਨਿਯੁਕਤੀਆਂ ਹੁੰਦੀਆਂ ਤਾਂ ਹੀ ਪੱਤਰ ਵੰਡੇ ਜਾਂਦੇ, ਉਸ ਵੇਲੇ ਤਾਂ ਜਿਸ ਤਰੀਕੇ ਦੇ ਨਾਲ 3-3 ਹਜ਼ਾਰ 6-6 ਹਜ਼ਾਰ ਤੇ ਆਪਣੇ ਸਿਰਫ
ਚੁਣਿੰਦਾ ਲੋਕ ਰੱਖੇ ਗਏ ਸੀਗੇ, ਭਾਵੇਂ ਟੈਟ ਤੇ ਟੀਚਰ ਜਾਂ ਕੋਈ, ਇਹ ਸਭ ਸਿਸਟਮ ਚੱਲਦਾ ਸੀ। ਚਲੋ ਜਸਤੇਜ ਮੈਨੂੰ ਸਵਾਲ ਕਰਨ ਦਾ ਮੌਕਾ ਦਿਓ ਸਰ, ਕੁਲਸ਼ਿੰਦਰ ਜੀ ਦੇ ਸਵਾਲਾਂ ਦਾ ਜਵਾਬ ਮੈਂ ਲੈ ਲੂੰਗਾ ਸਰ ਨਾਲ ਦੀ ਨਾਲ। ਜਸਤੇਜ ਜੀ ਮੇਰਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਪਾਵਰ ਸੈਂਟਰ, ਪਹਿਲਾਂ ਪੰਜ ਪੰਜ ਚਾਰ ਚਾਰ ਪਾਵਰ ਸੈਂਟਰ ਹੁੰਦੇ ਸੀ, ਹੁਣ ਪਾਵਰ ਸੈਂਟਰ ਇੱਕ ਹੀ ਹੈ ਚੀਫ ਮਿਨਿਸਟਰ? ਅੱਜ ਜੋ ਤਰਜੀਹ ਦਿੱਤੀ ਗਈ ਹੈ, ਜਿਵੇਂ ਮੈਂ ਕਿਹਾ ਕਿ ਵੀ ਸ਼ਾਇਦ ਸੁਣਿਆ ਨਹੀਂ ਇਹਨਾਂ ਨੇ, ਬਟ ਮੈਂ ਇਹਨਾਂ ਦਾ ਸਵਾਲ ਨਹੀਂ ਕਰ ਰਿਹਾ ਸਰ, ਮੈਂ ਤਾਂ ਮੁੱਖ ਮੰਤਰੀ ਸਾਹਿਬ ਨੇ ਪਾਵਰ ਸੈਂਟਰ ਵਾਲੀ ਸਟੇਟਮੈਂਟ ਦਿੱਤੀ ਹੈ, ਮੈਂ ਉਹਦਾ ਸਵਾਲ ਕਰ ਰਿਹਾ ਜਸਤੇਜ ਜੀ। ਸੋ ਹੋ ਸਕਦਾ ਕਿ ਵੀ ਜਿਵੇਂ ਇਹਨਾਂ ਨੇ ਅੱਜ ਬੋਲਿਆ ਮਾਨ ਸਾਹਿਬ ਨੇ, ਜੋ ਮੈਂ ਉਹੀ ਗੱਲ ਕਹਿ ਰਿਹਾ ਕਿ ਵੀ ਸ਼ਾਇਦ ਸੁਣਿਆ ਨਹੀਂ ਇਹਨਾਂ ਨੇ, ਅੱਜ ਉਹਨਾਂ ਨੇ ਜੋ ਤਰਜੀਹ ਦਿੱਤੀ, ਅੱਜ ਇੰਪਲੋਇਮੈਂਟ ਦੀ ਗੱਲ ਨਹੀਂ ਸੀਗੀ ਜ਼ਿਆਦਾ, ਪਲੀਜ਼ ਅੰਡਰਸਟੈਂਡ ਦਿਸ, ਅੱਜ ਇਹ ਨਹੀਂ ਸੀਗਾ ਵੀ ਨਿਯੁਕਤੀ ਪੱਤਰਾਂ ਦਾ ਸੀਗਾ। ਜਦੋਂ ਤੁਹਾਡੇ ਟੌਪ ਤੇ ਸੀਐਮ ਬੈਠ ਕੇ ਇੱਕ ਮੈਸੇਜ ਦਿੰਦਾ ਹੈ, ਤੇ ਉਹ ਇੱਕ ਮੈਸੇਜ ਨਾ ਸਿਰਫ ਪੁਲਿਸ ਦੇ ਕੰਨਾਂ 'ਚ ਜਾਂਦਾ, ਉਹ ਭਾਵੇਂ ਰੂਲਿੰਗ ਪਾਰਟੀ ਹੈ ਭਾਵੇਂ ਕੋਈ ਪਾਰਟੀ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਉਂਗਲਾਂ ਉੱਠਦੀਆਂ ਰੂਲਿੰਗ ਪਾਰਟੀ 'ਤੇ ਉੱਠਦੀਆਂ ਕਿ ਵੀ ਇਹ ਦੁਰਵਰਤੋਂ ਕਰ ਰਹੇ ਹੈ, ਇਹ ਸਿਆਸਤ ਕਰ ਰਹੇ ਹੈ। ਉਹ ਮੈਸੇਜ ਹਰ ਬੰਦੇ ਨੂੰ ਸੀਗਾ ਪੰਜਾਬ ਦੇ, ਜਿਹੜਾ ਅੱਜ ਇਸ ਪੋਜੀਸ਼ਨ 'ਚ ਹੈਗਾ ਕਿ ਉਹ ਇਨਫਲੂਐਂਸ ਕਰੇ, ਉਹ ਪੁਲਿਸ ਨੂੰ ਫੋਨ ਕਰਕੇ ਰੁਕਤਾ ਪਾਏ। ਅੱਜ ਉਹਨਾਂ ਦੀ ਸਾਰੀ ਤਰਜੀਹ ਸੀਗੀ ਉਹ ਇਹ ਸੀਗੀ ਕਿ ਨਿਰਪੱਖ ਹੋ ਕੇ ਜੋ ਹੈ ਉਹ ਕੰਮ ਕਰੋ। ਨਹੀਂ ਜਸਤੇਜ ਜੀ, ਜੋ ਤੁਹਾਡੀ ਸਟੇਟਮੈਂਟ ਮੈਂ ਸਮਝ ਪਾ ਰਿਹਾ ਜਸਤੇਜ ਜੀ, ਉਹ ਸਟੇਟਮੈਂਟ ਇਹ ਹੈ ਕਿ ਜਿੱਥੇ ਓਪੋਜੀਸ਼ਨ ਨੂੰ ਦੱਸਿਆ ਗਿਆ, ਜਿੱਥੇ ਪੁਲਿਸ ਮਹਿਕਮੇ ਨੂੰ ਦੱਸਿਆ ਗਿਆ, ਉੱਥੇ ਤੁਸੀਂ ਆਪਦੇ ਕਾਡਰ ਨੂੰ ਵੀ ਸੁਨੇਹਾ ਦਿੱਤਾ ਕਿ ਭਾਈ ਇਹੋ ਜਿਹਾ ਕੁਛ ਨਹੀਂ ਹੋਣਾ। ਐਗਜੈਕਟਲੀ, ਮੈਂ ਸਿੱਧਾ ਤੁਹਾਡੇ ਸਾਹਮਣੇ ਕਹਿ ਰਿਹਾ, ਉਹ ਸਾਰਿਆਂ ਨੂੰ ਸੁਨੇਹਾ ਸੀਗਾ ਜਿਹੜੇ ਅੱਜ ਇਸ ਪੋਜੀਸ਼ਨ 'ਚ ਬੈਠੇ ਹੈ ਕਿ ਉਹ ਪੁਲਿਸ ਨੂੰ ਉਹ ਇਨਫਲੂਐਂਸ ਕਰਨ ਦੀ ਪੋਜੀਸ਼ਨ ਹੈ ਉਹਨਾਂ ਕੋਲ। ਅੱਜ ਇੱਕ ਸਿੱਧਾ ਸੁਨੇਹਾ ਦਿੱਤਾ ਗਿਆ ਕਿ ਜੋ ਦੋਸ਼ੀ ਹੈ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਨਿਰਦੋਸ਼ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ। ਐਂਡ ਇਹ ਸੀਐਮ ਸਾਹਿਬ ਨੇ ਸਿੱਧਾ ਮੈਸੇਜ ਲਗਾਇਆ, ਝੂਠੇ ਪਰਚਿਆਂ ਤੋਂ ਪੰਜਾਬ ਨੂੰ ਮੁਕਤੀ ਮਿਲ ਗਈ ਹੈ ਜਸਤੇਜ ਜੀ, ਝੂਠੇ ਪਰਚਿਆਂ ਤੋਂ ਪੰਜਾਬ ਨੂੰ ਮੁਕਤੀ ਮਿਲ ਗਈ ਹੈ। ਸਰ, ਰੋਮ ਵਾਸ ਨਾਟ ਬਿਲਟ ਇਨ ਵਨ ਡੇ, ਹਰ ਢਾਂਚਾ ਜਿਸ ਤਰੀਕੇ ਦੇ ਨਾਲ ਤੋੜ ਦਿੱਤਾ ਗਿਆ ਸੀਗਾ ਪੰਜਾਬ ਦੇ ਵਿੱਚ, ਪੁਲਿਸ ਕਿੰਨੀ ਬਦਨਾਮ ਸੀਗੀ। ਅੱਜ ਉਹਨਾਂ ਨੇ ਪੁਲਿਸ ਦੇ ਨਾਲ ਦੁੱਖ ਵੀ ਹੰਡਾਇਆ, ਅੱਜ ਉਹਨਾਂ ਨੇ ਪੁਲਿਸ ਨੂੰ ਜੋ ਫੇਸ ਕਰਨਾ ਪੈਂਦਾ ਹੈ, ਉਹਨਾਂ ਨੇ ਤਾਂ ਹਜੇ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਰਿਹਾ, ਦੋ ਗੱਡੀਆਂ ਦੀ ਆਪਸ 'ਚ ਟੱਕਰ ਹੋ ਜਾਂਦੀ ਹੈ ਨਾ, ਤੇ ਇੱਥੇ SSP ਫਾਰਮਰ ਬੈਠੇ ਹੋਏ ਆ, ਇਹਨਾਂ ਨੂੰ ਪਤਾ ਹੈ ਕਿ ਨਿੱਕੀ ਜਿਹੀ ਸੱਟ ਵੀ ਨਹੀਂ ਲੱਗੀ ਹੁੰਦੀ ਤੇ ਇੱਕ ਮੌਕੇ ਦੇ ਅਫਸਰ ਨੂੰ ਕਿੱਥੋਂ ਕਿੱਥੋਂ ਫੋਨ ਆ ਜਾਂਦੇ ਆ, ਇੱਕ ਸਿਰਫ ਮਾਮੂਲੀ ਟੱਕਰ ਤੇ। ਤੇ ਅੱਜ ਉਹਨਾਂ ਨੇ ਦੱਸਿਆ ਕਿ ਵੀ ਪੁਲਿਸ ਨੂੰ ਕੀ ਦੇਖਣਾ ਪੈਂਦਾ, ਕਿਹੜੀ ਕਿਹੜੀ ਮੁਸੀਬਤਾਂ ਝੱਲਣੀਆਂ ਪੈਂਦੀਆਂ, ਕਿ ਜਿਹੜੇ ਦੋਸ਼ੀ ਨੇ ਉਹਨਾਂ ਵਾਸਤੇ ਤਾਂ ਬੱਸਾਂ ਹੈਗੀਆਂ ਜਦੋਂ ਹਾਈਕੋਰਟ ਤੋਂ ਵਾਪਸ ਜਾਂਦੇ ਆ ਜਾਂ ਕੋਰਟਾਂ ਤੋਂ ਵਾਪਸ ਜਾਂਦੇ ਆ, ਪਰ ਜਿਹੜੇ ਪੁਲਿਸ ਵਾਲੇ ਨੇ ਉਹ ਵਿਚਾਰੇ ਪੈਦਲ ਲਿਫਟਾਂ ਮੰਗ ਕੇ। ਉਹਨਾਂ ਨੇ ਐਗਜ਼ਾਮਪਲ ਦਿੱਤੀ ਅੱਜ, ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਬਾਰੇ। ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਮੈਂ ਬਾਕੀ ਮਹਿਮਾਨਾਂ ਕੋਲ ਵੀ ਜਾਣਾ। ਸਵਾਲ ਬਹੁਤ ਸਾਰੇ ਆ, ਇਸ ਵਿਚਾਲੇ ਜਿਹੜਾ ਹਾਦਸਾ ਹੋਇਆ ਉਹਦੇ ਵਿੱਚ ਜਿਹੜੀ ਪੁਲਿਸ ਵਾਲਿਆਂ ਦੀ ਜਾਨ ਗਈ ਆ, ਉਹਦੇ ਵਾਸਤੇ ਵੀ ਮੌਨ ਰੱਖਿਆ ਗਿਆ, ਸ਼ਰਧਾਂਜਲੀ ਦਿੱਤੀ ਗਈ ਹੈ, ਅਤੇ ਹਾਦਸਿਆਂ ਨੂੰ ਰੋਕਣ ਦੇ ਲਈ ਵੀ ਜਿਹੜੇ ਕਦਮ ਚੁੱਕੇ ਜਾ ਰਹੇ ਆ ਉਸ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਵਾਲ ਬਹੁਤ ਸਾਰੇ ਆ, ਵਾਪਸ ਆ ਕੇ ਮੁੜ ਤੁਹਾਡਾ ਸਵਾਗਤ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਪੁਲਿਸ ਨੂੰ ਪੋਲੀਟੀਕਲ ਪ੍ਰੈਸ਼ਰ ਤੋਂ ਮੁਕਤੀ ਵਾਲੇ ਮੁੱਖ ਮੰਤਰੀ ਦੇ ਦਾਅਵੇ 'ਤੇ ਵਿਰੋਧੀ ਧਿਰਾਂ ਕਿਉਂ ਭੜਕੀਆਂ? ਡਾਕਟਰ ਪੂਨਮ ਮਾਨਿਕ, ਸਵਾਗਤ ਕਰਨਾ ਬਣਦਾ, ਮੁੱਖ ਮੰਤਰੀ ਸਾਹਿਬ ਨੇ ਦਾਅਵਾ ਕੀਤਾ ਕਿ ਝੂਠੇ ਪੁਲਿਸ ਮੁਕੱਦਮੇ ਨਹੀਂ ਹੋਣਗੇ, ਸਿਆਸੀ ਪਰਚੇ ਨਹੀਂ ਹੋਣਗੇ। ਡਾਕਟਰ ਪੂਨਮ ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਚਲੋ, ਮੇਰੀ ਆਵਾਜ਼ ਨਹੀਂ ਉਹਨਾਂ ਤੱਕ ਪਹੁੰਚਦੀ ਪਈ। ਹਰਜੀਤ ਸਿੰਘ ਬੁੱਲਰ,
ਇਹ ਤੁਸੀਂ ਪੰਜਾਬ ਪੁਲਿਸ ਦੇ ਪਰਚਿਆਂ ਬਾਰੇ ਬਹੁਤ ਅਕਸਰ ਪਿਛਲੀਆਂ ਡਿਬੇਟਸ ਵਿੱਚ ਬਹੁਤ ਬੋਲਦੇ ਰਹੇ ਹੋ ਭੱਲਰ ਸਾਹਿਬ, ਪਰ ਮੁੱਖ ਮੰਤਰੀ ਨੇ ਸਾਫ਼ ਅਤੇ ਸਪਸ਼ਟ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਕਿ ਝੂਠੇ ਪੁਲਿਸ ਮੁਕੱਦਮੇ ਨਹੀਂ ਹੋਣਗੇ। ਮਿਸਟਰ ਭੁੱਲਰ, ਦੇਖੋ ਕੇਪੀ ਜੀ, ਅਸੀਂ ਤੇ ਉਹ ਜ਼ਮਾਨੇ 'ਚ ਨਿਕਲੇ ਹੋਏ ਹਾਂ, ਉਹਨਾਂ ਹਾਲਾਤਾਂ 'ਚ ਨਿਕਲੇ ਹੋਏ ਹਾਂ, ਜਦੋਂ ਤੁਸੀਂ ਘਰ ਬੈਠੇ ਹੁੰਦੇ ਸੀ ਸਾਡੇ ਉੱਤੇ ਪਤਾ ਹੁੰਦਾ ਸੀ ਕਿੰਨੇ ਪਰਚੇ ਦਰਜ ਹੋ ਗਏ, ਔਰ ਸਵੇਰ ਨੂੰ ਪਤਾ ਲੱਗਦਾ ਸੀ ਪੁਲਿਸ ਫੜਨਾ ਹੈ ਕਿ ਨਹੀਂ। ਤੁਸੀਂ ਅੰਦਰ ਬੈਠੇ ਹੁੰਦੇ ਸੀਗੇ, ਕਿਤੇ ਤੁਹਾਡੇ ਕੋਈ ਕਾਰਵਾਈ ਨਹੀਂ ਹੁੰਦੀ ਸੀਗੀ, ਲੇਕਿਨ ਪਰਚੇ ਬਾਹਰ ਦਰਜ ਹੋਈ ਜਾਂਦੇ ਸੀਗੇ। ਪਰ ਅੱਜ ਜੋ ਹਾਲਾਤ, ਅੱਜ ਤੁਹਾਨੂੰ ਕੀ ਲੱਗਦਾ, ਤਾਜ਼ੀ ਤਾਜ਼ੀ ਇੱਕ ਆ ਸਟੋਰੀ ਹੋਈ ਹੈ ਅਤੇ ਕੱਲ੍ਹ ਹੀ ਇੱਕ ਲੀਡਰ ਸਾਹਿਬਾਨ ਜਿਹੜੇ ਨੇ ਕਾਂਗਰਸ ਦੇ, ਉਹ ਸੁੱਟ ਕੇ ਬਾਹਰ ਆਏ ਨੇ, ਖਹਿਰਾ ਸਾਹਿਬ ਸੀਗਾ, ਮਤਲਬ ਆਪਾਂ ਦਾਅਵੇ ਕੁਛ ਕਰਦੇ ਹਾਂ, ਉਹਨਾਂ ਨੂੰ ਹਾਥੀ ਕੇ ਦਾਂਤ ਦਿਖਾਉਣੇ ਕਿ ਹੋਰ ਖਾਣੇ ਕਿ ਹੋਰ। ਔਰ ਦੂਸਰੀ ਗੱਲ ਜਿਹੜੀ ਹੈ, ਦੂਜੇ ਪਾਸੇ ਹੁਣ ਐਸ ਪੀ ਸਾਹਿਬ ਬੈਠੇ ਨੇ, ਇਹਨਾਂ ਦੇ ਕੁਲੀਕ ਗਰੁੱਪ ਵਿੱਚ ਚੌਹਾਨ ਕੇਸਿਸ ਦਾ ਸ਼ਿਕਾਰ ਹੋਏ ਨੇ, ਕਿਹੜੇ ਪੋਲੀਟੀਕਲ ਸਿਸਟਮ ਦਾ ਸ਼ਿਕਾਰ ਹੋਏ ਹੋ, ਔਰ ਪੂਰਾ ਪੂਰਾ ਥਾਣਾ ਸਸਪੈਂਡ ਕਰ ਦਿੱਤਾ ਗਿਆ, ਕਿਸ ਕਰਕੇ ਸਸਪੈਂਡ ਕੀਤਾ ਗਿਆ ਸੀਗਾ। ਇਸ ਕਰਕੇ ਮੈਂ ਇਹ ਕਹੂੰਗਾ ਕਿ ਇਹ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਸਾਡੇ ਸਰਦਾਰ ਭਗਵੰਤ ਮਾਨ, ਉਹਨਾਂ ਦੀ ਕਥਨੀ ਔਰ ਕਰਨੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਉਹ ਸਟੇਜ ਨੂੰ ਕਮਿਟੀ ਸ਼ੋਅ ਤੇ ਕਰ ਸਕਦੇ ਹੈ, ਵੱਡੀਆਂ ਵੱਡੀਆਂ ਗੱਲਾਂ ਕਰਕੇ ਚਾਰ ਚੁਟਕੇ ਸੁਣਾ ਕੇ ਜਾ ਸਕਦੇ ਹੈ, ਲੇਕਿਨ ਜਦੋਂ ਅਸਲੀਅਤ ਦੇ ਵਿੱਚ ਗੱਲ ਕਰਨ ਦੀ ਟਾਈਮ ਆਉਂਦਾ ਹੈ, ਕੰਮ ਕਰਨ ਦਾ ਟਾਈਮ ਆਉਂਦਾ ਹੈ, ਤੇ ਉਦੋਂ ਡਿਫਰੈਂਟ ਚੀਜ਼ ਹੁੰਦੀ ਹੈ। ਨਹੀਂ ਭੁੱਲਰ ਸਾਹਿਬ, ਭੁੱਲਰ ਸਾਹਿਬ ਇੱਕ ਚੀਜ਼ ਦੱਸੋ, ਭੁੱਲਰ ਸਾਹਿਬ ਇੱਕ ਚੀਜ਼ ਦੱਸੋ, ਭੁੱਲਰ ਸਾਹਿਬ ਸੀਐਮ ਕੋਲੇ, ਆਪਦੇ ਕੋਲੇ ਡਿਪਾਰਟਮੈਂਟ ਹੈ ਇਹ, ਤੇ ਸੀਐਮ ਉਸ ਸੱਚਾਈ ਤੋਂ ਮੁਨਕਰ ਥੋੜੀ ਹੋ ਸਕਦੇ ਆ ਸਰ। ਤੇ ਮੈਂ ਤਾਂ ਤੁਹਾਨੂੰ ਦੋ ਐਗਜ਼ਾਮਪਲ ਦੇ ਦਿੱਤੀਆਂ, ਉਹਦਾ ਜਵਾਬ ਤੁਸੀਂ ਜਸਮੀਤ ਜੀ ਤੋਂ ਲੈ ਰਹੇ ਹੋ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਝੂਠੇ ਪਰਚੇ ਨਹੀਂ ਹੋਣੇ ਚਾਹੀਦੇ, ਤੇ ਮੈਂ ਕਿਹਾ ਵੀ ਮੈਂ ਦੋ ਦਿਨ ਪਹਿਲਾਂ ਹੀ, ਤਿੰਨ ਦਿਨ ਪਹਿਲਾਂ ਇੱਕ ਕੰਮ ਹੋਇਆ, ਔਰ ਜਿਹੜਾ ਅਮਰੀਕੀਆ ਸਾਹਿਬ ਤੇ ਚੱਲ ਰਿਹਾ ਉਹ ਵੀ ਤੁਹਾਨੂੰ ਪਤਾ, ਹਾਈਕੋਰਟ ਦੀ ਕੀ ਜਜਮੈਂਟ ਆਈ ਹੈ, ਤੇ ਉਹਦੇ ਜਜਮੈਂਟ ਤੇ ਆਉਣ ਤੋਂ ਬਾਅਦ ਵੀ ਜਿਹੜਾ ਕੁਛ ਚੱਲ ਰਿਹਾ ਸਾਡੇ ਸਾਹਮਣੇ ਹੈ। ਇਸ ਕਰਕੇ ਇਹ ਕਰਨੀ ਔਰ ਕਰਨੀ ਦਾ ਬਹੁਤ ਫਰਕ ਹੈ। ਤੁਸੀਂ ਸਟੇਜ ਨੇ ਸਵਾਲ ਕੀਤਾ ਸੀਗਾ ਕਿਹੜੀਆਂ ਇਹ ਅਪੁਆਇੰਟਮੈਂਟ ਦਿੱਤੀਆਂ ਜਾ ਰਹੀਆਂ ਨੇ, ਇਹ ਅਪੁਆਇੰਟਮੈਂਟ ਜਿਹੜੀਆਂ ਸੀਗੀਆਂ ਇਹ ਪੁਰਾਣੀਆਂ ਸੀਗੀਆਂ ਜਿਹਨਾਂ ਨੂੰ ਹੁਣ ਥਰੂ ਕੀਤਾ ਗਿਆ ਹੈ, ਜਾਂ ਤੁਸੀਂ ਨਵੀਆਂ ਕੱਢੀਆਂ ਸੀ, ਮਤਲਬ ਸਟੇਜ ਦੀਆਂ ਦੱਸ ਦਿਨ ਜਿਹੜੀਆਂ ਅੱਜ ਅਪੁਆਇੰਟਮੈਂਟ ਦਿੱਤੀਆਂ ਗਈਆਂ ਨੇ, ਉਹਨਾਂ ਦੀ ਐਡਵਰਟਾਈਜਮੈਂਟ ਕਦੋਂ ਆਈ ਸੀ, ਟੈਸਟ ਕਦੋਂ ਹੋਇਆ, ਇੰਟਰਵਿਊ ਕਦੋਂ ਹੋਈ, ਤੇ ਫਾਈਨਲ ਰਿਜ਼ਲਟ ਜਿਹੜਾ ਆਇਆ ਕਦੋਂ ਆਇਆ, ਔਰ ਕਿਹੜੇ ਅਖਬਾਰ ਸੀ ਜਾਂ ਕਿਹੜੇ ਚੈਨਲ ਦੇ ਤੇ ਉਹਦਾ ਫਾਈਨਲ ਰਿਜ਼ਲਟ ਜਿਹੜਾ ਦਿੱਤਾ। ਚਲੋ ਮੈਂ ਤੁਹਾਡਾ ਸਵਾਲ ਲੈ ਲਿਆ, ਘਪਲਾ ਬਹੁਤ ਤਕੜਾ, ਦੇਖੋ ਘਪਲਾ ਬਹੁਤ ਤਕੜਾ ਚੱਲ ਰਿਹਾ, ਚਾਹੇ ਉਹ ਦਿੱਲੀ ਰਾਜਸਥਾਨ ਹਰਿਆਣੇ ਤੋਂ ਜਿਸ ਤਰੀਕੇ ਨਾਲ ਮੀਆਂ ਕੋਈ ਭਰਤੀਆਂ ਕੀਤੀਆਂ ਜਾ ਰਹੀਆਂ ਨੇ, ਇੱਕ ਵੱਡੇ ਸਕੇਲ ਤੋਂ ਭਰਤੀਆਂ ਕੀਤੀਆਂ ਜਾ ਰਹੀਆਂ। ਨਹੀਂ ਤੁਸੀਂ ਪਿੱਛੇ ਜੇ, ਨਹੀਂ ਤੁਸੀਂ ਇਹਨੂੰ ਸਕੈਮ ਕਿਉਂ ਕਹਿ ਰਹੇ ਹੋ ਮਿਸਟਰ ਭੁੱਲਰ, ਮੈਂ ਇਹੀ ਸੁਣ ਰਿਹਾ, ਤੁਸੀਂ ਇਹੀ ਸ਼ਬਦ ਵਰਤਿਆ। ਨਹੀਂ ਦੇਖੋ, ਮੈਂ ਸਿੱਧੇ ਲਫ਼ਜ਼ਾਂ 'ਚ ਕਹਿ ਰਿਹਾ ਕਿ ਇਹ ਭਰਤੀ ਜਿਹੜੀ ਹੋਈ ਹੈ, ਇਹ ਕਿਸੇ ਅਖਬਾਰ 'ਚ ਐਡਵਰਟਾਈਜ਼ਮੈਂਟ ਹੋਈ, ਕਦੋਂ ਹੋਈ, ਇਹਨਾਂ ਦੇ ਟਾਈਮ 'ਚ ਹੋਈ ਜਾਂ ਪੁਰਾਣੀ ਹੋਈ ਸੀ, ਇਹਦਾ ਟੈਸਟ ਕਦੋਂ ਹੋਇਆ। ਭੁੱਲਰ ਸਾਹਿਬ ਆਪਾਂ ਇਹ ਪੁੱਛ ਲੈਂਦੇ ਨਾ, ਭੁੱਲਰ ਸਾਹਿਬ ਤੁਸੀਂ ਘਟਾਲਾ ਸ਼ਬਦ ਇਸਤੇਮਾਲ ਕਿਉਂ ਕਰ ਰਹੇ ਹੋ ਫਿਰ? ਠੀਕ ਹੈ, ਦੂਸਰੀ ਗੱਲ, ਇੱਕ ਹੋਰ ਗੱਲ ਜਿਹੜੀ ਹੈ, ਜਸਪੀਤ ਜੀ ਨੇ ਕਿਹਾ ਜਾਂ ਸਾਹਿਬ ਨੇ ਵੀ ਅੱਜ ਕਿਹਾ ਕਿ ਜੀ ਸਾਡੇ ਜਿਹੜੇ ਮੁਲਾਜ਼ਮ ਨੇ ਜੀ, ਉਹ ਲਿਫਟਾਂ ਮੰਗ ਮੰਗ ਕੇ ਪਹੁੰਚਦੇ ਨੇ। ਜਸਪੀਤ ਜੀ, ਅਗਰ ਤੁਸੀਂ ਹਾਈਕੋਰਟ ਦੀ ਪਾਰਕਿੰਗ ਜਾ ਕੇ ਦੇਖੋਗੇ, ਤੇ ਅੰਮ੍ਰਿਤਸਰ ਤੋਂ ਬੱਸ, ਬਠਿੰਡੇ ਤੋਂ ਬੱਸ, ਫਰੀਦਕੋਟ ਤੋਂ ਬੱਸ, ਜਲੰਧਰ ਤੋਂ ਬੱਸ ਸਵੇਰੇ ਮੁਲਾਜ਼ਮਾਂ ਨੂੰ ਲੈ ਕੇ ਆਉਂਦੀਆਂ ਨੇ, ਸਰਕਾਰੀ ਬੱਸਾਂ ਨੀਆਂ, ਪੁਲਿਸ ਦੀਆਂ ਬੱਸਾਂ, ਜਿਹਨਾਂ ਨੇ ਹਾਈਕੋਰਟ ਆ ਕੇ ਅਸੀਂ ਆਉਣਾ ਹੁੰਦਾ। ਹੁਣ ਜਿਹੜਾ ਸਵੇਰੇ ਉੱਠੂਗਾ ਹੀ ਨੀ, ਉਹਨੇ ਵਿਚਾਰੇ ਨੇ ਫਿਰ ਧੱਕੇ ਖਾਂਦੇ ਹੀ ਹੋਣਾ, ਲਿਫਟਾਂ ਮੰਗ ਕੇ ਜਾਊਗਾ ਇੱਦਾਂ ਪਾ ਲਿਆ। ਚਲੋ ਮੈਂ ਆ ਰਿਹਾ ਭੁੱਲਰ ਸਾਹਿਬ, ਇੱਕ ਮਿੰਟ ਹੋ ਜਾਓ ਹੁਣ, ਭੁੱਲਰ ਸਾਹਿਬ ਇੱਕ ਮਿੰਟ। ਮਿਸਟਰ ਖੜਿਆਲ, ਮਿਸਟਰ ਖੜਿਆਲ, ਜੋ ਸੀਐਮ ਸਾਹਿਬ ਇਹ ਸਟੇਟਮੈਂਟ ਦਿੰਦੇ ਆ, ਅਤੇ ਉਹ ਸਟੇਟਮੈਂਟ ਦਾ ਕੋਈ ਮਤਲਬ ਹੈ ਨਾ ਖੜਿਆਲ ਸਾਹਿਬ? ਅਤੇ ਜੇ ਸੀਐਮ ਸਾਹਿਬ ਨੇ ਸਟੇਟਮੈਂਟ ਦਿੱਤੀ ਆ, ਅਤੇ ਮੈਨੂੰ ਲੱਗਦਾ ਸਾਰੀ ਪੋਲੀਟੀਕਲ ਪਾਰਟੀਸ ਆ ਉਹਨੂੰ ਇਹ ਵੈਲਕਮ ਕਰਨਾ ਬਣਦਾ ਹੈ ਕਿ ਸੀਐਮ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਝੂਠੇ ਪਰਚੇ ਨਹੀਂ ਹੋਣਗੇ। ਤੁਸੀਂ ਕਿਹਾ ਸੀਐਮ ਸਾਹਿਬ ਨੇ ਕਿਉਂਕਿ ਸਟੇਟਮੈਂਟ ਦਿੱਤੀ ਆ ਤਾਂ ਉਹਦਾ ਕੋਈ ਮਤਲਬ ਹੈ? ਹਾਂ, ਉਹਨਾਂ ਨੇ ਤਾਂ ਕਿਹਾ ਸੀਗਾ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ
ਫਲਾਨਾ ਮੁਲਜ਼ਮ ਅਸੀਂ ਡਿਟੇਨ ਕਰ ਲਿਆ ਅਬਰੋਡ, ਅਤੇ ਜਦੋਂ ਗੱਲ ਹੋਈ ਵੀ ਕਿੱਥੇ ਡਿਟੇਨ ਹੋਇਆ, ਕਿਹੜੀ ਜੇਲ੍ਹ 'ਚ ਹੈ, ਕੀ ਕਾਰਵਾਈ ਹੋਈ ਹੈ, ਫਿਰ ਜਵਾਬ ਕੋਈ ਨਹੀਂ ਆਪ ਕੋਲ। ਅਤੇ ਦੱਸ ਮੈਂ ਤੁਹਾਨੂੰ ਚੀਜ਼ਾਂ ਹੋਰ ਗਿਣਾ ਦੂੰਗਾ, BMW ਦਾ ਯੂਨਿਟ ਹੋ ਗਿਆ, ਇਨਸਾਫ ਕਰਾਂਗੇ ਜੀ, ਨਸ਼ਾ ਖਤਮ ਕਰਾਂਗੇ, ਬੜੀਆਂ ਚੀਜ਼ਾਂ ਜਿੱਥੇ ਝੂਠੇ ਸਾਬਿਤ ਹੋਏ ਹੈ ਆਮ ਆਦਮੀ ਪਾਰਟੀ ਦੇ ਲੀਡਰਸ, ਆਮ ਆਦਮੀ ਪਾਰਟੀ ਇਨ ਇਟਸੈਲਫ। ਲੇਕਿਨ ਸਵਾਲ ਇਹ ਹੈ, ਹੁਣ ਮੁੱਖ ਮੰਤਰੀ ਸਾਹਿਬ ਨੇ ਤਾਂ ਖਹਿਰਾ ਸਾਹਿਬ ਦਾ ਜਿਹੜਾ ਕੇਸ ਹੈ ਉਹਨੂੰ ਪੋਲੀਟੀਕਲ ਵੈਂਡੇਟਾ ਦੱਸਿਆ ਸੀਗਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸੀ। ਖਹਿਰਾ ਸਾਹਿਬ ਤੁਹਾਨੂੰ ਯਾਦ ਹੋਊਗਾ, ਵੀਡੀਓ ਮੈਂ ਚਲਾ ਕੇ ਦਿਖਾ ਦੂੰਗਾ। ਅਤੇ ਉਹ ਤੋਂ ਬਾਅਦ ਉਹੀ ਕੇਸ ਸਹੀ ਕਿਵੇਂ ਹੋ ਜਾਂਦਾ ਜੀ, ਜਦੋਂ ਮਾਨ ਸਾਹਿਬ ਓਪੋਜੀਸ਼ਨ 'ਚ ਹੁੰਦੇ ਆ ਉਦੋਂ ਵੈਂਡੇਟਾ, ਜਦੋਂ ਸਰਕਾਰ 'ਚ ਆ ਜਾਂਦੇ ਉਦੋਂ ਕੇਸ ਸਹੀ ਹੈ ਜੀ, ਉਦੋਂ ਅਰੈਸਟ ਹੋਣੀ ਬਣਦੀ ਹੈ, ਬਿਲਕੁਲ ਸਹੀ ਹੋਇਆ ਜੀ, ਬਿਲਕੁਲ ਦੁਰਉਪਯੋਗ ਨਹੀਂ ਹੋ ਰਿਹਾ। ਸੋ ਇਹ ਦੋਹਰੇ ਮਾਪਦੰਡ, ਡਬਲ ਸਟੈਂਡਰਡ ਆਮ ਆਦਮੀ ਪਾਰਟੀ ਨੂੰ ਤਿਆਗ ਦੇਣੇ ਚਾਹੀਦੇ ਹੈ। ਦੂਜੀ ਗੱਲ, ਖਹਿਰਾ ਸਾਹਿਬ ਨੇ ਸਿਰਫ ਔਰ ਸਿਰਫ ਸੱਚ ਬੋਲਣ ਦਾ ਅਤੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਦਾ ਇੱਕ ਪ੍ਰਾਈਸ, ਇੱਕ ਖਾਮਿਆਜ਼ਾ ਭੁਗਤਿਆ ਹੈ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਇੱਕੋ ਚੀਜ਼ ਪੁੱਛੂੰਗਾ ਕਿ ਜਿਹੜਾ ਕੈਮਰਾ ਤੁਸੀਂ ਉਹਨਾਂ ਦੇ ਬੈਰਕ ਦੇ ਵਿੱਚ ਲਾਇਆ, ਬੈਰਕ ਦੇ ਬਾਹਰ ਲਾਇਆ, ਮੈਂ ਤੁਹਾਡਾ ਸਵਾਲ ਲੈ ਰਿਹਾ ਨਾ ਮਿਸਟਰ ਖੜਿਆ, ਤੁਸੀਂ ਸੁਖਪਾਲ ਸਿੰਘ ਖਹਿਰਾ ਫੋਕਸ ਕਿਉਂ ਕਰਨਾ ਚਾਹੁੰਦੇ ਹੋ ਇਸ ਡਿਬੇਟ ਨੂੰ? ਕਿਉਂਕਿ ਫੌਜ FIR ਹੈ, ਉਹ ਮਿਸਟਰ ਮਜੀਠੀਆ ਨੂੰ ਫੋਕਸ ਕਰਨਾ ਚਾਹ ਰਹੇ ਇਸ ਡਿਬੇਟ ਵਿੱਚ, ਵਜ੍ਹਾ ਕੀ? ਮੈਂ ਕਹਿੰਦਾ ਮਜੀਠੀਆ ਸਾਹਿਬ ਬਾਰੇ ਉਹਨਾਂ ਨੂੰ ਪੁੱਛੋ, ਖਹਿਰਾ ਸਾਹਿਬ ਦਾ ਕੇਸ ਫਾਲਸ ਐਂਡ ਫੈਬਰੀਕੇਟਡ ਹੈ, ਸਿਰਫ ਮੈਂ ਨਹੀਂ, CM ਸਾਹਿਬ ਨੇ ਆਪ ਕਿਹਾ ਹੋਇਆ। ਦੂਜੀ ਗੱਲ, ਪਰਸਨਲ ਲਿਬਰਟੀ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਸਾਡਾ ਆਰਟੀਕਲ ਹੈ 21, ਫੰਡਾਮੈਂਟਲ ਰਾਈਟ ਹੈ। ਕਿਸੇ ਦੇ ਬੈਰਕ ਦੇ ਵਿੱਚ ਕੈਮਰਾ ਲਾਉਣਾ, ਇੱਥੇ ਜਸਤੇਜ ਜੀ ਨੂੰ ਪੁੱਛ ਲਓ ਕਿ ਸਹੀ ਹੈ ਕਿ ਗਲਤ ਹੈ ਕਾਨੂੰਨੀ ਤੌਰ ਤੇ, ਇਹ ਕੇਸ ਦਾ ਉਦਾਹਰਣ ਨਾ ਦਿਓ, ਨਹੀਂ ਤਾਂ ਇਹਨਾਂ ਨੂੰ ਮਜਬੂਰਨ ਨਾ ਕਰੋ। ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ, ਤੁਸੀਂ ਇਹਨੂੰ ਪ੍ਰੂਫ ਕਰ ਸਕਦੇ ਹੋ ਬੈਰਕ 'ਚ ਕੈਮਰਾ ਲੱਗਿਆ ਸੀ? ਮੈਂ ਕਹਿੰਦਾ ਬਿਲਕੁਲ ਕਰ ਸਕਦੇ ਹਾਂ, ਬਿਲਕੁਲ। ਖਹਿਰਾ ਸਾਹਿਬ ਨਾਲ ਜਦੋਂ ਹੋਈ ਹੈ ਉਹਦਾ ਆਈ ਵਿਟਨੈਸ ਅਕਾਊਂਟ ਹੈ, ਓਕੂਲਰ ਵਰਜ਼ਨ ਹੈ। ਦੂਜੀ ਗੱਲ, ਮੈਂ ਇੱਕੋ ਚੀਜ਼ ਸਪਸ਼ਟ ਕਰਦਾ ਕਿ ਇਹ ਕੋਈ ਕੋਇਨਸੀਡੈਂਸ ਨਹੀਂ ਹੈ। ਹੁਣ KP ਜੀ ਮੈਂ ਦੂਜੀ ਦਲੀਲ ਲੈਂਦਾ ਇਹਦੇ ਵਿੱਚ ਕਿ ਖਹਿਰਾ ਸਾਹਿਬ ਦੀ ਜਿਹੜੀ ਬੇਲ ਸੀਗੀ ਉਹ ਪ੍ਰੋਨਾਊਂਸਮੈਂਟ 'ਤੇ ਸੀ ਜਿਹੜੇ ਦਿਨ, ਉਦੋਂ ਉਹੀ ਦਿਨ ਪਰਚਾ ਹੁੰਦਾ ਉਹ ਵੀ ਰਾਤ ਨੂੰ 2 ਵਜੇ, ਜਿੱਦਣ ਪ੍ਰੋਨਾਊਂਸਮੈਂਟ ਹੋਣੀ ਹੈ ਵੀ ਜ਼ਮਾਨਤ ਮਿਲੂਗੀ ਕਿ ਖਾਰਜ ਹੋਊਗੀ ਹਾਈਕੋਰਟ ਦੇ ਵਿੱਚ, ਅਤੇ 2 ਵਜੇ ਪਰਚਾ ਹੋਣਾ, ਕੀ ਇਹ ਕੋਇਨਸੀਡੈਂਸ ਹੈ ਵੀ ਇੱਧਰੋਂ ਬਾਹਰ ਆਉਣਗੇ ਤਾਂ ਕਿ ਬਾਹਰ ਨਾ ਆ ਸਕਣ, ਨਾਲ ਦੀ ਨਾਲ ਪਰਚਾ ਕਰ ਦਿਓ ਸੇਮ ਡੇਟ ਪ੍ਰੋਨਾਊਂਸਮੈਂਟ ਵਾਲੀ, ਨਾ ਉਹ ਤੋਂ ਪਹਿਲਾਂ ਨਾ ਉਹ ਤੋਂ ਬਾਅਦ, ਇਹ ਕਿਉਂ? ਇਹ ਕੋਈ ਕੋਇਨਸੀਡੈਂਸ ਨਹੀਂ ਹੈ KP ਜੀ, ਲੋਕ ਸਮਝਦੇ ਆ, ਲੋਕ ਬੜੇ ਸਮਝਦਾਰ ਹੈ। ਤੀਜੀ ਗੱਲ, ਕੀ ਫੋਨ ਕਾਲ ਸਫੀਸ਼ੀਐਂਟ ਐਵੀਡੈਂਸ ਹੈ? KP ਜੀ ਤੁਸੀਂ ਹੋ, ਤੁਹਾਨੂੰ ਬਤੌਰ ਐਂਕਰ ਕਿੰਨੇ ਫੋਨ ਕਾਲਸ ਆਉਂਦੇ ਆ? ਖਹਿਰਾ ਸਾਹਿਬ MLA ਆ, ਉਹਨਾਂ ਨੂੰ ਬਤੌਰ MLA ਲੋਕ ਫੋਨ ਕਰਦੇ ਆ, ਕਿਉਂਕਿ ਲੱਖਾਂ ਕਾਲਸ ਆਉਂਦੀਆਂ, ਹਜ਼ਾਰਾਂ ਕਾਲਸ ਆਉਂਦੀਆਂ, ਉਹਨੂੰ ਸਭ ਕਾਲ ਕਰਦੇ ਆ, ਅਤੇ ਕੀ ਉਹ ਸਫੀਸ਼ੀਐਂਟ ਹੈ? ਅਤੇ ਉਹ ਵੀ ਉਦੋਂ ਜਦੋਂ ਸੁਪਰੀਮ ਕੋਰਟ ਨੇ ਟ੍ਰਾਇਲ ਕੋਰਟ ਦੀ ਪ੍ਰੋਸੀਡਿੰਗ ਨੂੰ ਸਟੇ ਕੀਤਾ ਹੋਵੇ, ਕੇਸ ਮੁਕੰਮਲ ਹੋਇਆ ਪਿਆ ਹੋਵੇ, ਖਤਮ ਹੋਇਆ ਪਿਆ ਹੋਵੇ। 2017 ਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਕਰਤਾ ਸੀਗਾ, ਕੇਸ ਖਤਮ ਹੋਇਆ ਸੀਗਾ, ਆਪਦੇ ਲੋਜੀਕਲ ਐਂਡ ਤੱਕ ਪਹੁੰਚਿਆ ਹੋਇਆ ਸੀਗਾ, ਕਨਵਿਕਸ਼ਨ ਹੋਈ ਹੋਈ ਸੀਗੀ, ਐਜ਼ ਐਡੀਸ਼ਨਲ ਅਕਿਊਜ਼ ਸਮਨ ਕੀਤਾ ਜਾਂਦਾ, ਅਤੇ ਇਹੀ ਕੇਸ ਨੂੰ ਪਹਿਲਾਂ ਮਾਨ ਸਾਹਿਬ ਨੇ ਵੈਂਡੇਟਾ ਕਿਹਾ ਸੀਗਾ, ਅਤੇ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਸਹੀ ਕਹਿ ਰਹੇ ਹੈ ਕਿ ਸਿਰਫ ਔਰ ਸਿਰਫ ਕਹਿਣ ਨੂੰ ਕਹਿ ਰਹੇ ਹੈ। ਦੂਜੀ ਲਾਸਟ ਚੀਜ਼, ਇੱਕੋ ਚੀਜ਼ ਪੁੱਛੂੰਗਾ ਜਸਤੇਜ ਜੀ ਨੂੰ, ਫੌਲਜ FIR ਦੀ ਗੱਲ ਤੁਸੀਂ ਤਾਂ ਕਰਤੀ, ਖਹਿਰਾ ਸਾਹਿਬ ਤਾਂ ਆ ਗਏ ਜ਼ਮਾਨਤ 'ਤੇ, ਦੋਵੇਂ ਜ਼ਮਾਨਤਾਂ ਮਿਲ ਗਈਆਂ ਦੋਵੇਂ ਕੇਸਾਂ ਜਿਹੜੇ ਤੁਸੀਂ ਕੀਤੇ ਹੈ, ਲੇਕਿਨ ਸਿਸੋਦੀਆ ਸਾਹਿਬ ਦੀ ਬੇਲ ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਹੈ। ਸੁਪਰੀਮ ਕੋਰਟ ਨੇ ਨਾਲੇ ਆਰਡਰ 'ਚ ਬਕਾਇਦਾ ਲਿਖਾਇਆ ਹੈ ਵੀ 348 ਕਰੋੜ ਦੀ ਟ੍ਰੇਲ ਹੈ, ਪ੍ਰਾਈਮ ਆਫ ਸਹੀ ਨਜ਼ਰ ਆ ਰਹੀ ਹੈ। ਕੀ ਪਤਾ ਵੀ ਸੁਪਰੀਮ ਕੋਰਟ ਚਲੇ ਗਏ ਹੋਣ, ਸਰਕਾਰ ਚਲੀ ਗਈ ਹੋਵੇ ਸੁਪਰੀਮ ਕੋਰਟ, ਮਿਸਟਰ ਖਹਿਰਾ ਦੇ ਮਾਮਲੇ 'ਚ ਪਤਾ ਕੀ ਹੈ ਹੀ ਗਏ ਹੈ ਇਹ 'ਚ, ਕੀ ਪਤਾ ਨਹੀਂ ਗਏ ਹੈ ਸਰ, ਤੇ ਉੱਥੇ ਐਵੇਂ ਥੋੜ੍ਹੀ ਗਈ ਸਰਕਾਰ, ਫਿਰ ਕੀ ਹੋ ਗਿਆ, ਤੱਥ ਹੋਣਗੇ ਤਾਂ ਹੀ ਗਏ ਨਾ, ਨਹੀਂ ਇਹ ਗਏ ਤਾਂ ਆਪਣਾ ਬਥੇਰੇ ਇਸ਼ੂਜ਼ 'ਚ, ਫਿਰ ਕੀ ਬਣਿਆ ਸੀਗਾ? ਸੁਪਰੀਮ ਕੋਰਟ ਗਏ ਤਾਂ ਸਿਸੋਦੀਆ ਸਾਹਿਬ ਦੇ ਇਸ਼ੂਜ਼ ਵੀ ਸੀ, ਬਣਿਆ ਕੁਛ ਇਹਨਾਂ ਦੇ ਪਿਆ ਪੱਲੇ ਕੁਛ? ਚਲੋ ਮੈਂ ਤੁਹਾਡਾ ਦੂਜੀ ਗੱਲ, ਸਿਰਫ ਸਿਸੋਦੀਆ ਸਾਹਿਬ ਨਹੀਂ, ਜੈਨ ਸਾਹਿਬ ਵੀ ਜੇਲ੍ਹ 'ਚ ਬੈਠੇ, ਜਿਨ੍ਹਾਂ ਦੀਆਂ ਬੇਲਾਂ ਡਿਸਮਿਸ ਹੋਈਆਂ ਹੋਈਆਂ ਹੈ,
ਜਿਨ੍ਹਾਂ ਨੂੰ ਰਿਲੀਫ ਸੁਪਰੀਮ ਕੋਰਟ ਨਹੀਂ ਦਿੱਤਾ, ਸਾਡੇ ਕੋਲ ਤਾਂ ਹਾਈ ਕੋਰਟ ਤੋਂ ਬਾਅਦ ਆਪਸ਼ਨ ਸੁਪਰੀਮ ਕੋਰਟ ਦਾ ਸੀਗਾ, ਸਾਨੂੰ ਹਾਈ ਕੋਰਟ ਨੇ ਬੇਲ ਦਿੱਤੀ, ਦੂਜੇ ਕੇਸ 'ਚ ਲੋਅਰ ਕੋਰਟ ਨੇ ਬੇਲ ਦਿੱਤੀ ਹੈ। ਜਸਟੇਜ ਜੀ, ਜਸਟੇਜ ਜੀ, ਦੋਨੋਂ ਓਪੋਜੀਸ਼ਨ ਇੱਥੇ ਬੈਠੀਆਂ, ਕਾਂਗਰਸ ਵੀ ਅਤੇ ਅਕਾਲੀ ਦਲ ਵੀ, ਉਹ ਜਿਹੜੇ ਪੋਲੀਟੀਕਲ ਵੈਂਡੇਟਾ ਦੀ ਗੱਲ ਹੋ ਰਹੀ ਆ ਉਹਦੇ ਵਿੱਚ ਜਿਹੜੀ ਸੀ ਐੱਮ ਦੀ ਸਾਹਿਬ ਦੀ ਸਟੇਟਮੈਂਟ ਹੈ ਉਹਨੂੰ ਕੋਟ ਕਰਦੇ ਹੋਏ ਕਹਿੰਦੇ ਆ ਵੀ ਕਹਿਣੀ ਅਤੇ ਕਥਨੀ 'ਚ ਫਰਕ ਹੈ। ਜਸਟੇਜ ਜੀ, ਉਹ ਬਿਕਰਮ ਜੀਠੀਆ ਨਾਮ ਲੈ ਰਹੇ ਆ, ਇੱਧਰੋਂ ਖਹਿਰਾ ਸਾਹਿਬ ਦਾ ਨਾਮ ਲੈ ਰਹੇ ਆ, ਅਕਾਲੀ ਦਲ ਨੇ ਵੀ ਖਹਿਰਾ ਸਾਹਿਬ ਦਾ ਨਾਮ ਲਿਆ। ਮੈਂ ਸਾਰਿਆਂ ਦਾ ਜਵਾਬ ਵੀ ਦੇ ਦਿੰਦਾ। ਜਿਵੇਂ ਕੀ ਹੁੰਦਾ ਕਿ ਵੀ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਤੁਹਾਡੇ ਸਾਹਮਣੇ, ਕਦੇ ਵੀ ਤੁਸੀਂ ਇਸ ਵੇਲੇ ਪੰਜਾਬ 'ਚ ਜੋ ਆਪੋਜੀਸ਼ਨ ਦਾ ਹਾਲ ਹੈ ਉਹ ਇੱਕੋ ਲਾਈਨ ਟੋ ਕਰ ਲੈਂਦੀ ਹੈ ਕਿ ਜੋ ਵੀ ਕੰਮ ਹੈ ਭਾਵੇਂ ਨੌਕਰੀਆਂ ਹੈ ਭਾਵੇਂ ਐਜੂਕੇਸ਼ਨ ਹੈ ਕੁਛ ਹੈ, ਇਹ ਹਰ ਚੀਜ਼ ਦੀ ਨਿਖੇਧੀ ਹੀ ਕਰਦੇ। ਸੋ ਦੇਖੋ, ਅਸੀਂ ਜੋ ਕੰਮ ਕਰ ਰਹੇ ਹਾਂ ਉਹ ਇਹਨਾਂ ਨੂੰ ਖੁਸ਼ ਕਰਨ ਲਈ ਨਹੀਂ ਕਰ ਰਹੇ, ਇਹ ਗੱਲ ਪਹਿਲਾਂ ਕਲੀਅਰ ਹੋ ਜਾਏ। ਉਹ ਅਸੀਂ ਲੋਕਾਂ ਲਈ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਇਹਨਾਂ ਨੂੰ ਸੈਟਿਸਫਾਈ ਨਹੀਂ ਕਰ ਸਕਦੇ, ਇਹਨਾਂ ਨੇ ਕਿੰਤੂ ਪਰੰਤੂ ਕਰਦੇ ਰਹਿਣਾ, ਚਲੋ ਠੀਕ ਇਹਨਾਂ ਦਾ ਕੰਮ ਵੀ ਹੈ। ਪਰ ਜਿੱਥੇ ਜਿਵੇਂ ਗੁਰਪ੍ਰੀਤ ਚੌਹਾਨ ਦੀ ਗੱਲ ਹੈ, ਹੁਣ ਉਹਦੇ 'ਚ ਕੀ ਸੱਚਾਈ ਹੈ ਕੀ ਨਹੀਂ ਉਹ ਲੋਕਾਂ ਦੇ ਸਾਹਮਣੇ ਬਹੁਤ ਵਾਰੀ ਹੈ ਕਿ ਉਹਦੇ ਉੱਪਰ ਡਿਬੇਟਾਂ ਵੀ ਹੋ ਚੁੱਕੀਆਂ, ਪਰ ਠੀਕ ਹੈ ਇਹਨਾਂ ਨੂੰ ਉਹ ਭੁਗਦੀ ਹੈ ਗੱਲ, ਜਿਵੇਂ ਭੁੱਲਰ ਸਾਹਿਬ ਨੇ ਗੱਲ ਕੀਤੀ ਕਿ ਇਹਨਾਂ ਨੂੰ ਠੀਕ ਲੱਗਦਾ ਕਿ ਜੇ ਕੋਈ ਪੁਲਿਸ ਵਾਲਿਆਂ ਦੀ ਟ੍ਰਾਂਸਫਰ ਹੁੰਦੀ ਹੈ ਤੇ ਇਹਨਾਂ ਨੂੰ ਠੀਕ ਲੱਗਦਾ, ਪਰ ਨਾਲ ਦੇ ਨਾਲ ਇਹ ਵੀ ਸੱਚਾਈ ਹੈ ਕਿ ਪੁਲਿਸ ਰਿਫੋਰਮਸ ਦੇ ਉੱਪਰ ਜੋ ਕੰਮ ਹੋ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ। ਪਹਿਲਾਂ ਕੀ ਹੁੰਦਾ ਸੀਗਾ, ਪੁਲਿਸ ਨੂੰ ਆਪਣਾ ਇੱਕ ਕੋਟਰੀ ਬਣਾਉਣ ਦੀ ਵੀ ਇੱਕ ਪਰਮਿਸ਼ਨ ਸੀਗੀ ਕਿ ਇੱਕ ਕੁਨਬਾ, ਕਿ ਜਿੱਥੇ ਟ੍ਰਾਂਸਫਰ ਹੁੰਦੇ ਸੀਗੇ ਵੱਡੇ ਅਫਸਰ ਉਹ ਸੱਤ ਸੱਤ ਛੇ ਛੇ ਪੰਜ ਪੰਜ ਜਣੇ ਆਪਣੇ ਸਟਾਫ ਦੇ ਲੈ ਕੇ ਜਾਂਦੇ ਸੀਗੇ ਨਾਲ, ਉਸ ਤੇ ਵੀ ਰੋਕ ਲੱਗ ਗਈ ਹੈ। ਜੇ ਪੁਲਿਸ ਦੇ ਨਾਲ ਦੁੱਖ ਹੰਡਾ ਰਹੇ ਹੈ, ਵੰਡ ਰਹੇ ਹੈ ਉਹਨਾਂ ਦਾ ਦੁੱਖ, ਪਰ ਨਾਲ ਦੇ ਨਾਲ ਪੁਲਿਸ ਰਿਫੋਰਮ ਤੇ ਵੀ ਕੰਮ ਹੋ ਰਿਹਾ ਕਿ ਬਈ ਹਾਂ ਜੇ ਟ੍ਰਾਂਸਫਰ ਹੈਗੀ ਹੈ ਤਾਂ ਹੁਣ ਜੋ ਨਾਲ ਕਲੈਰੀਕਲ ਸਟਾਫ ਨਹੀਂ ਜਾਏਗਾ ਕਿਉਂਕਿ ਫਿਰ ਉਹ ਕੋਟਰੀ ਬਣ ਜਾਂਦੀ ਹੈ। ਸੋ ਇਹ ਲੋਕ ਹਿੱਤ ਦੇ ਕੰਮ ਵੀ ਹੋ ਰਹੇ ਹੈ। ਹੁਣ ਇੱਥੇ ਇਹ ਗੱਲ ਕਰ ਰਹੇ ਸੀਗੇ ਕਿ ਵੀ ਏਦਾਂ ਬਦਲ ਨਿਯੁਕਤੀਆਂ ਦੇ ਉੱਪਰ ਕਹੀ ਜਾਂਦੇ ਆ, ਜੇ ਹੁਣ ਮੈਂ ਦੇਖੋ ਇੱਥੇ ਕੋਈ ਜੀ ਕੇ ਕੁਇਜ਼ ਤਾਂ ਹੋ ਨਹੀਂ ਰਹੀ ਕਿ ਵੀ ਹਾਂ ਦੱਸੋ ਕਦੋਂ ਐਡਵਰਟਾਈਜਮੈਂਟ ਕਦੋਂ ਨਹੀਂ, ਜੇ ਤੁਹਾਨੂੰ ਨਹੀਂ ਪਤਾ ਤੇ ਫਿਰ ਉਹਦੇ 'ਚ ਮੇਰਾ ਫਾਲਟ ਨਹੀਂ ਹੈਗਾ ਜੇ ਇਹਨਾਂ ਨੂੰ ਨਹੀਂ ਪਤਾ ਕਿ ਕਦੋਂ ਐਡਵਰਟਾਈਜਮੈਂਟ ਆਈ ਹੈ ਕਦੋਂ ਨਹੀਂ। ਪਰ ਇੱਕ ਗੱਲ ਪੱਕੀ ਹੈ ਕਿ ਅੱਜ ਦੀ ਡੇਟ 'ਚ ਹਾਈ ਕੋਰਟ 'ਚ ਜਿੰਨੇ ਸਰਵਿਸ ਮੈਟਰ ਪੈਂਡਿੰਗ ਹੈ, ਭਾਵੇਂ ਡੀਪੀਸੀ ਹੁੰਦੀ ਸੀ ਕਿ ਡਿਪਾਰਟਮੈਂਟ ਕਮੇਟੀ, ਠੀਕ ਹੈ, ਭਾਵੇਂ ਨਿਯੁਕਤੀਆਂ ਹੁੰਦੀਆਂ ਸੀਗੀਆਂ, ਸਾਰੀਆਂ ਅੰਡਰ ਚੈਲੰਜ ਹੈ। ਹੁੰਦਾ ਕੀ ਹੈ ਹੁਣ ਅੱਜ ਦੀ ਡੇਟ 'ਚ 15-15 20-20 ਸਾਲ ਕਮੇਟੀ ਹੁੰਦੀ ਹੈ, ਜਿੰਨੀ ਵੀ ਇਹਨਾਂ ਨੇ ਪ੍ਰਮੋਸ਼ਨਸ ਕੀਤੀਆਂ ਆਪਣੇ ਖਾਸ ਬੰਦਿਆਂ ਦੀ ਕਰਦੇ ਸੀ, ਸਾਰੇ ਚੈਲੰਜ ਹੈ। ਤੁਹਾਡਾ ਸਵਾਗਤ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ, ਪੰਜਾਬ ਪੁਲਿਸ ਨੂੰ ਪੋਲੀਟੀਕਲ ਪ੍ਰੈਸ਼ਰ ਤੋਂ ਮੁਕਤੀ ਵਾਲੇ ਮੁੱਖ ਮੰਤਰੀ ਦੇ ਦਾਅਵੇ ਤੇ ਵਿਰੋਧੀ ਧਿਰਾਂ ਕਿਉਂ ਭੜ ਗਿਆ? ਕੁਲਛਿੰਦਰ ਸਿੰਘ ਜੀ, ਹਾਂ ਸਰ, ਬੋਲੋ, ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਨਾਲੇ ਵੀ ਜਾਣਕਾਰੀ ਦੇ ਦੇਵਾਂ, ਬੀਜੇਪੀ ਦੇ ਸਪੋਕਸਪਰਸਨ ਆ ਜਿਹੜੇ, ਉਹਨਾਂ ਨੂੰ ਕੋਈ ਟੈਕਨੀਕਲ ਗਲਿਚ ਆ ਗਿਆ ਜਿਸ ਕਰਕੇ ਉਹ ਸਾਡੇ ਨਾਲ ਨਹੀਂ ਕਨੈਕਟ ਹੋ ਪਾ ਰਹੇ। ਆ ਰਿਹਾ ਜਸਤੇਜ ਜੀ, ਆ ਰਿਹਾ। ਹਾਂ ਕੁਲਛਿੰਦਰ ਜੀ, ਬੋਲੋ, ਕੀ ਕਹਿਣਾ ਚਾਹ ਰਹੇ ਹੋ? ਹਾਂਜੀ ਬੋਲੋ ਸਰ, ਕੀ ਕਹਿਣਾ ਚਾਹ ਰਹੇ ਹੋ ਤੁਸੀਂ? ਪੋਲੀਟੀਕਲ ਪ੍ਰੈਸ਼ਰ, ਦੇਖੋ ਜੀ, ਪੋਲੀਟੀਕਲ ਪ੍ਰੈਸ਼ਰ ਦੀ ਜਿਹੜੀ ਗੱਲ ਹੈ, ਇਹ ਜਦੋਂ 2007 ਤੋਂ ਪਹਿਲਾਂ ਜਦੋਂ ਜਿਹੜੇ ਕਾਂਸਟੀਚੁਐਂਸੀ ਵਾਈਜ਼ ਨੇ ਸੀ ਥਾਣੇ ਬਣਦੇ, ਨਾ ਕੋਈ ਹੋਰ ਬਣਦੇ ਸੀ। ਉਹਦੇ ਬਾਅਦ ਇਹਨਾਂ ਨੇ 2007 ਤੋਂ ਬਾਅਦ ਜਿਹੜੀ ਸਰਕਾਰ ਆਈ ਸੀ, ਇਹਨਾਂ ਨੇ ਕਾਂਸਟੀਚੁਐਂਸੀ ਵਾਈਜ਼ ਥਾਣੇ ਬਣਾ ਤੇ। ਇੱਕ MLA ਥੱਲੇ ਇੱਕ DSP ਹੋਊਗਾ, ਇੱਕ SHO ਹੋਊਗਾ, ਤਹਿਸੀਲਦਾਰ ਵੀ ਉੱਤੇ ਹੋਊਗਾ। ਉਹ MLA ਦੀ ਮਰਜ਼ੀ ਨਾਲ ਪੋਸਟਿੰਗ ਹੁੰਦੀ ਹੈ।
ਜਦੋਂ ਤੱਕ ਤੁਸੀਂ ਇਹ ਪੋਸਟਿੰਗ ਟ੍ਰਾਂਸਫਰੈਂਟ ਪੋਸਟਿੰਗ ਜਿਹੜੀ ਐਮ ਐਲ ਏ ਦੀ ਮਰਜ਼ੀ ਨਾਲ ਜਾਂ ਹਲਕਾ ਜਾਂ ਦੀ ਮਰਜ਼ੀ ਨਾਲ ਕਰੂੰਗੇ ਉੱਥੇ ਪੋਲੀਟੀਕਲ ਕਮਿਸ਼ਨ ਰਹੂਗਾ ਰਹੂਗਾ। ਜਿਹੜਾ ਬੰਦਾ ਕਿਸੇ ਦੀ ਪੋਸਟਿੰਗ ਕਰਾਉਂਦਾ ਹੈ ਉਹ ਆਪਣੇ ਉਸ ਏਰੀਏ ਵਿੱਚ ਉਹਦੀ ਗੱਲ ਤਾਂ ਮੰਨਣੀ ਪਊਗੀ, ਅਦਰਵਾਈਜ਼ ਉਹਦੀ ਟ੍ਰਾਂਸਫਰ ਕਰਾ ਦਊਗਾ ਉੱਥੋਂ। ਇਹ ਅੱਜ ਦੀ ਤਰੀਕ 'ਚ ਵੀ ਪਤਾ ਨਹੀਂ ਕਿੰਨਾ ਕੁ ਹੈ, ਪਿਛਲੀਆਂ ਸਰਕਾਰਾਂ ਦੇ ਵਿੱਚ ਚੱਲਦਾ ਰਿਹਾ ਕੰਮ ਹੁਣ ਤੱਕ। ਇਸ ਕਰਕੇ ਜਦ ਤੱਕ ਤੁਸੀਂ ਉਹ ਸਿਸਟਮ ਨੂੰ ਚੇਂਜ ਨਹੀਂ ਕਰਦੇ ਉਹ ਤੱਕ ਪੋਲੀਟੀਕਲ ਪ੍ਰੈਸ਼ਰ ਨਹੀਂ ਹਟ ਸਕਦਾ ਕਿਸੇ ਹਿਸਾਬ ਨਾਲ ਵੀ। ਪਿਛਲੇ ਜਦੋਂ ਪਿੱਛੇ ਸੀਗਾ ਪਹਿਲਾਂ ਸਿਸਟਮ ਸੀਗਾ ਉਹਦੇ ਵਿੱਚ ਹੁੰਦਾ ਸੀ ਇੱਕ ਸਬ ਡਿਵੀਜ਼ਨ ਸੀਗਾ ਉਹਦੇ 'ਚ 3-4 ਐਮ ਐਲ ਏ ਦੇ ਏਰੀਆ ਪੈਂਦਾ ਹੁੰਦਾ, ਥੋੜਾ ਥੋੜਾ ਅੱਗੇ 2 'ਚ ਪੈਂਦਾ ਸੀਗਾ, ਇਸ ਕਰਕੇ ਉਹ ਥੋੜਾ ਪੋਲੀਟੀਕਲ ਪ੍ਰੈਸ਼ਰ ਘੱਟ ਜਾਂਦਾ ਸੀਗਾ ਕਿਉਂਕਿ ਹਰ ਇੱਕ ਦੀ ਬਹੁਤੀ ਮੰਨਣ ਪੋਸਟਿੰਗ ਦਾ ਚੱਕਰ ਨਹੀਂ ਪੈਂਦਾ ਸੀਗਾ। ਜਾਂ ਐਸ ਐਸ ਪੀ ਸੀ ਐਮ ਆਪਣੀ ਮਰਜ਼ੀ ਲਾਉਂਦਾ ਸੀ ਥੱਲੇ ਵਾਲੀ ਪੋਸਟਿੰਗ ਐਸ ਐਸ ਪੀ ਮਰਜ਼ੀ ਲਾਉਂਦੀ ਸੀਗੀ, ਹੁਣ ਤਾਂ ਈਵਨ ਐਸ ਐਚ ਓ ਤੀਕਰ ਮੁਨਸ਼ੀਆਂ ਤੀਕਰ ਵੀ ਐਮ ਐਲ ਏ ਦੀ ਮਰਜ਼ੀ ਨਾਲ ਬੰਦੇ ਲੱਗਦੇ ਆ। ਜਦ ਪੋਸਟਿੰਗ ਟ੍ਰਾਂਸਫਰ ਉਹ ਕਰਾਊਗਾ ਤਾਂ ਪੋਲੀਟੀਕਲ ਕਮਿਸ਼ਨ ਦਾ ਹੋਊਗਾ ਹੀ ਹੋਊਗਾ। ਚਲੋ ਇੱਕ ਮਿੰਟ, ਭਾਵੇਂ ਬਿਆਨਾਂ ਨਾਲ ਹਟ ਜਾਣਾ। ਠੀਕ ਠੀਕ ਜਸੇਜ ਜੀ, ਜਸੇਜ ਜੀ ਫਾਰਮਰ ਐਸ ਐਸ ਪੀ ਨੇ, ਉਹ ਇਸ ਮਹਿਕਮੇ ਵਿੱਚ ਰਹੇ ਆ, ਉਹ ਕਹਿੰਦੇ ਐਮ ਐਲ ਏ ਦੀ ਮਰਜ਼ੀ ਨਾਲ ਜੇ ਨਿਯੁਕਤੀਆਂ ਹੋਣਗੀਆਂ ਟ੍ਰਾਂਸਫਰ ਪੋਸਟਿੰਗ ਹੋਣਗੀਆਂ ਤਾਂ ਫਿਰ ਉਹਦਾ ਹੁਕਮ ਤਾਂ ਮੰਨਣਾ ਪੈਣਾ ਨਾ ਜੀ। ਜਸਤੇਜ ਜੀ ਤੁਸੀਂ ਉਹ ਸਿਸਟਮ ਨੂੰ ਬਦਲ ਸਕੇ ਹੋ? ਜਸਤੇਜ ਜੀ ਪਹਿਲਾਂ ਮੈਂ ਜਵਾਬ ਦੇ ਦਿੰਦਾ, ਇੱਕ ਤਾਂ ਜੋ ਖੜਿਆਲ ਸਾਹਿਬ ਨੇ ਗੱਲ ਕੀਤੀ ਸੀਗੀ, ਦੇਖੋ ਚਲੋ ਡਿਬੇਟ ਭਾਵੇਂ ਦੂਜੇ ਪਾਸੇ ਲੈ ਗਏ ਸੁਖਪਾਲ ਖੇਰਾ ਵਾਲੇ ਪਾਸੇ, ਮੈਂ ਉਹਨਾਂ ਦਾ ਵੀ ਦੇਣਾ ਫਾਰਮਰ ਐਸ ਐਸ ਪੀ ਸਾਹਿਬ ਦਾ ਵੀ ਜਵਾਬ ਦੇਣਾ, ਪਰ ਸੁਖਪਾਲ ਖੇਰਾ ਤਾਂ ਦੇਖੋ ਤੁਸੀਂ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 5 ਸਾਲ ਰਹੀ, ਜੇ ਖੇਰਾ ਸਾਹਿਬ ਵਾਕਿਆ 'ਚ ਇਨੋਸੈਂਟ ਸੀਗੇ ਤੇ ਇਹ ਉਹਨਾਂ ਨੂੰ 5 ਸਾਲ ਦੇ ਦੌਰਾਨ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਕੱਢ ਸਕਦੇ ਸੀਗੇ। ਉਹ ਨਾਮਜ਼ਦ ਸੀਗੇ 2015-16 ਦੇ, ਐਂਡ ਜਦ ਤੱਕ ਇਹਨਾਂ ਦੇ ਉੱਪਰ ਦੁਬਾਰਾ ਕਾਰਵਾਈ ਸ਼ੁਰੂ ਹੋਈ ਹੈ ਉਹ ਉਦੋਂ ਤੱਕ ਵੀ ਨਾਮਜ਼ਦ ਸੀਗੇ। ਹੁਣ ਇਹਨਾਂ ਨੇ ਗੱਲ ਕੀਤੀ ਮਨੀਸ਼ ਸਿਸੋਡੀਆ ਤੇ ਉਹਨਾਂ ਦੀ, ਦੇਖੋ ਵੈਸੇ ਖੜਿਆਲ ਸਾਹਿਬ ਆਪ ਵੀ ਐਡਵੋਕੇਟ ਨੇ, ਇਹਨਾਂ ਨੂੰ ਪਤਾ ਵੀ ਹੈ, ਠੀਕ ਹੈ, ਬਟ ਗੱਲ ਇਹ ਹੈ ਕਿ ਵੀ ਠੀਕ ਹੈ ਸਿਆਸੀ ਕਾਰਨਾਂ ਕਰਕੇ ਅਸਲੀ ਗੱਲ ਨਹੀਂ ਕਰਦੇ। ਜਿਹੜਾ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਹੁੰਦਾ ਈਡੀ ਵਾਲਾ, ਉਹਦੇ ਵਿੱਚ ਜੋ ਜੋ ਮਾਪਦੰਡ ਹੈ ਜਿਵੇਂ ਗਿਲਟੀ ਅਨਲੈਸ ਪ੍ਰੂਵਨ, ਉਹਦਾ ਬਿਲਕੁਲ ਉਲਟ ਹੁੰਦਾ। ਉਹਦੇ 'ਚ ਜੇ ਈਡੀ ਨੇ ਪਰਚਾ ਦੇ ਤਾ, ਚਲਾਨ ਪੇਸ਼ ਕਰਤਾ, ਤੇ ਇਹਦਾ ਮਤਲਬ ਇਹ ਹੈ ਕਿ ਵੀ ਉਹਨੂੰ ਕਸੂਰਵਾਰ ਮੰਨ ਕੇ ਚੱਲਣਾ ਚਾਹੀਦਾ ਤੇ ਉਹਦੇ ਉੱਪਰ ਕੋਰਟ ਜਿਹੜੀ ਹੈ ਉਹ ਟਿੱਪਣੀ ਦੇਣ ਤੋਂ ਗੁਰੇਜ਼ ਕਰਦੀ ਹੈ। ਬਟ ਹੁਣ ਮਨੀਸ਼ ਸਿਸੋਡੀਆ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਆਪ ਬੜੀ ਸੰਗੀਨ ਟਿੱਪਣੀਆਂ ਦਿੱਤੀਆਂ ਸੀਗੀਆਂ ਪੁਲਿਸ ਦੇ ਖਿਲਾਫ ਕਿ ਤੁਹਾਡਾ ਤਾਂ 2 ਮਿੰਟ ਵੀ ਨਹੀਂ ਖੜਾ ਹੋਏਗਾ ਕੇਸ ਜੋ ਹੈ ਕਟਹਿਰੇ ਦੇ ਵਿੱਚ, ਐਂਡ ਉੱਥੇ ਈਡੀ ਆਪ ਆ ਕੇ ਕਹਿ ਰਹੀ ਹੈ ਕਿ ਵੀ ਪਰਸਨਲ ਕੋਈ ਪੈਸਾ ਨਹੀਂ ਲਿਆ, ਇੱਕ ਵੀ ਨਹੀਂ ਲਿਆ, ਕਹਿੰਦੇ ਵੀ ਪਾਰਟੀ ਦੇ ਨਾਮ ਤੋਂ ਬੰਦੀ ਕੇਸ, ਏਦਾਂ ਦੀ ਗੱਲਾਂ ਚੱਲੀਆਂ। ਪਰ ਐਂਡ ਉਹਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਬੇਲ ਦੇਣ ਵਾਸਤੇ ਜੋ ਭਾਜਪਾ ਨੇ ਉਹਨੂੰ ਅਪਰੂਵਰ ਬਣਾ ਤਾ ਕਿ ਬਈ ਉਹਨੂੰ ਬਾਅਦ ਚੋਂ ਇਨਾਮ ਵੀ ਦਿੱਤਾ ਗਿਆ, ਅਪਰੂਵਰ ਬਣਾ ਕੇ ਦਵਾਈਆਂ ਦਵਾ ਦਿੱਤੀਆਂ। ਨਹੀਂ ਇੱਕ ਮਿੰਟ ਜਸਤੇਜ ਜੀ, ਮੈਂ ਤੁਹਾਡੀ ਗੱਲ ਸਮਝ ਗਿਆ ਜਸਤੇਜ ਜੀ, ਇੱਕ ਚੀਜ਼ ਦਾ ਦੱਸ ਦੋ ਨਾ ਜਸਤੇਜ ਜੀ। ਜਸਤੇਜ ਜੀ ਤੁਸੀਂ ਕਹਿ ਰਹੇ ਹੋ, ਇੱਕ ਵਾਰ ਸਰ ਮੈਂ ਤੁਹਾਡੀ ਗੱਲ ਸੁਣੋ ਜਸਤੇਜ ਜੀ, ਜਸਤੇਜ ਜੀ ਸਰ ਗੱਲ ਤਾਂ ਸੁਣੋ ਨਾ ਜਸਤੇਜ ਜੀ, ਤੁਸੀਂ ਗੱਲ ਕਹਿ ਰਹੇ ਹੋ ਕਿ ਉੱਥੇ ਪੋਲੀਟੀਕਲ ਵੈਂਡੇਟਾ ਹੋ ਰਿਹਾ, ਇੱਥੇ ਤੁਸੀਂ ਇੱਥੇ ਇਹ ਕਹਿ ਰਹੇ ਪੋਲੀਟੀਕਲ ਵੈਂਡੇਟਾ ਹੋ ਰਿਹਾ। ਜਸਤੇਜ ਜੀ ਜਦੋਂ ਕਾਂਗਰਸ ਇਹ ਸਵਾਲ ਕਰਦੀ ਹੈ ਸੁਪਰੀਮ ਕੋਰਟ ਨੇ ਜ਼ਮਾਨਤ ਅਰਜ਼ੀ ਨਾ ਮਨਜ਼ੂਰ ਕੀਤੀ ਹੈ, ਉਹਦਾ ਜਵਾਬ ਤੁਸੀਂ ਦੇ ਨਹੀਂ ਰਹੇ ਜਸਤੇਜ ਜੀ। ਉਹੀ ਤਾਂ ਦਿੱਤਾ ਤੁਹਾਨੂੰ, ਉਹੀ ਦੇ ਰਿਹਾ ਤੁਸੀਂ ਜੇ ਬੋਲਣ ਦੋਗੇ, ਮੈਂ ਉੱਥੇ ਐਕਸਪਲੇਨ ਕਰ ਰਿਹਾ ਤੁਹਾਡੇ ਸਾਹਮਣੇ, ਤੁਸੀਂ ਬੋਲਣ ਤਾਂ ਦੋ ਨਾ। ਖੜਿਆਲ ਸਾਹਿਬ ਨੇ ਇੰਨੀ ਦੇਰ ਬੋਲਿਆ ਸਰ, ਪੋਲੀਟੀਕਲ ਵੈਂਡੇਟਾ ਫਿਰ ਨਹੀਂ ਰਿਹਾ ਨਾ, ਜੇ ਸੁਪਰੀਮ ਕੋਰਟ ਜ਼ਮਾਨਤ ਨਹੀਂ ਦੇ ਰਿਹਾ ਤਾਂ ਪੋਲੀਟੀਕਲ ਵੈਂਡੇਟਾ ਨਹੀਂ ਰਿਹਾ, ਇਹਦਾ ਮਤਲਬ ਮੰਨ ਕੇ ਚੱਲੀਏ। ਸੁਣ ਲਓ ਨਾ ਸਰ, ਬੋਲੋ ਸਰ, ਮੈਂ ਉਹੀ ਕਹਿ ਸਰ ਥੋੜਾ ਸੁਣੋ ਵੀ ਗੱਲ, ਮੈਂ ਤੁਹਾਡੇ ਸਾਹਮਣੇ ਦੁਬਾਰਾ ਕਹਿ ਰਿਹਾ ਐਂਡ ਔਨ ਰਿਕਾਰਡ ਕਹਿ ਰਿਹਾ, ਐਂਡ ਮੈਂ ਸਿਰਫ ਇਹ ਨਹੀਂ ਕਿ ਐਨ ਆਰ ਆਈ ਚੈਨਲ ਤੇ, ਮੈਂ ਲੋਕਲ ਚੈਨਲਾਂ ਤੇ ਵੀ ਕਹਿ ਚੁੱਕਿਆ, ਹਿੰਦੀ ਚੈਨਲਾਂ ਤੇ ਵੀ ਕਹਿ ਚੁੱਕਿਆ।
ਕਿ ਇੱਕ ਪਾਸੇ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ 2 ਮਿੰਟ ਵੀ ਕੇਸ ਜੋ ਹੈ ਕਟਹਿਰੇ ਦੇ ਵਿੱਚ ਖੜਾ ਨਹੀਂ ਹੋਣਾ ਈਡੀ ਦਾ, ਇੰਨਾ ਮਤਲਬ ਉਹਨਾਂ ਨੇ ਬਾਰ ਬਾਰ ਕਿਹਾ ਕਿ ਚੇਨ ਆਫ ਸਰਕਮਸਟਾਂਸਿਸ ਕੰਪਲੀਟ ਨਹੀਂ ਹੁੰਦੀ, ਪੈਸੇ ਦੀ ਉਹ ਨਹੀਂ, ਇਹ ਟਿੱਪਣੀਆਂ ਆਈਆਂ ਸੁਪਰੀਮ ਕੋਰਟ ਦੀਆਂ। ਉਹਦੇ ਬਾਵਜੂਦ ਉੱਥੇ ਈਡੀ ਵੀ ਇਹ ਖੜੇ ਹੋ ਕੇ ਕਹਿੰਦੀ ਹੈ ਕਿ ਵੀ ਉਹਨਾਂ ਨੇ ਪਰਸਨਲ ਕੋਈ ਪੈਸਾ ਨਹੀਂ ਲਿਆ, ਪਰ ਉਹਦੇ ਬਾਵਜੂਦ ਆਰਡਰ ਰਿਜ਼ਰਵ ਕਰਕੇ ਜਦੋਂ ਆਉਂਦਾ ਹੈ ਕੁਛ ਦਿਨਾਂ ਬਾਅਦ ਤੇ ਬੇਲ ਰਿਜੈਕਟ ਹੁੰਦੀ ਹੈ। ਹੁਣ ਇਹਦੇ ਉੱਪਰ ਕੀ ਦੇਖਿਆ ਜਾਏ ਕਿ ਸੁਪਰੀਮ ਕੋਰਟ ਦੀ ਉਹ ਪਹਿਲੀ ਟਿੱਪਣੀਆਂ ਜਿਹੜੀਆਂ ਸੀਗੀਆਂ ਉਹ ਕਿਸ ਵਾਸਤੇ ਸੀਗੀਆਂ, ਤੇ ਅਚਾਨਕ ਜਿਹੜੀ ਜਜਮੈਂਟ ਆਉਂਦੀ ਹੈ ਉਹਦੇ ਵਿੱਚ ਇਹ ਵੀ ਨਹੀਂ ਲਿਖਿਆ ਹੁੰਦਾ ਕਿਧਰ ਕਿ ਮਨੀਸ਼ ਸਿਸੋਡੀਆ ਦੇ ਹੱਕ ਦੇ ਵਿੱਚ ਈਡੀ ਨੇ ਇੱਕ ਬਿਆਨ ਵੀ ਦਿੱਤਾ। ਠੀਕ ਹੈ ਜਸੇ, ਇਹ ਗੱਲਾਂ ਵੀ ਹੋਈਆਂ। ਚਲੋ ਜਸੇ, ਹੋਰ ਰੋ ਜਸੇ ਜੀ, ਹੋਰ ਰੋ ਜਸੇ ਜੀ, ਹੋਰ ਰੋ ਜਸੇ ਜੀ, ਜਸੇ ਜੀ ਹੋਰ ਰੋ ਜੋ ਪਲੀਜ਼। ਬਹੁਤ ਬਹੁਤ ਟਾਈਮ ਹੋ ਗਿਆ, ਕਲੈਰਿਟੀ ਲੈ ਲਓ ਵੀ ਸੁਪਰੀਮ ਕੋਰਟ ਤੇ ਸਵਾਲ ਖੜਾ ਕਰ ਰਹੇ ਜੋ ਇਹ ਕਹਿ ਰਹੇ ਸੀ। ਹਾਂ ਸਰ, ਮੈਂ ਸਰ ਉਹ ਖੜਿਆਲ ਸਾਹਿਬ, ਮੈਂ ਸਿੱਧੀ ਜੀ ਗੱਲ ਕਰਦਾ ਹੁੰਦਾ, ਐਸੇ ਚੈਨਲ ਤੇ ਨਹੀਂ, ਬਹੁਤ ਚੈਨਲ ਤੇ ਕਰਦਾ। ਚਲੋ ਨਹੀਂ ਫਿਰ, ਜ਼ਿਆਦਾ ਜ਼ਿਆਦਾ ਕਲੀਅਰਲੀ, ਜ਼ਿਆਦਾ ਕਲੀਅਰਲੀ ਫਿਰ। ਨਹੀਂ ਹਾਂਜੀ ਹਾਂਜੀ, ਜਜਮੈਂਟ ਨੂੰ ਜੇ ਜਜਮੈਂਟ ਦੇ ਵਿੱਚ ਸਾਨੂੰ ਸਾਨੂੰ ਚੀਜ਼ ਠੀਕ ਨਹੀਂ ਲੱਗੀ ਹੈ ਤੇ ਅਸੀਂ ਕਵਾਂਗੇ। ਚਲੋ ਸਵਾਲ ਸਵਾਲ ਚੁੱਕਦੇ ਪਏ, ਸਵਾਲ ਚੁੱਕਦੇ ਪਏ, ਰਵਾਇਤੀ ਪਾਰਟੀ ਲੋ ਹੁਣ ਮੇਰਾ ਜਵਾਬ ਫਟਾਫਟ ਖੜਿਆਲ ਸਾਹਿਬ ਫਟਾਫਟ ਜਸੇ ਜੀ ਇੱਕ ਮਿੰਟ ਜੋ ਆ ਰਿਹਾ ਬੁੱਲਰ ਸਾਹਿਬ ਆ ਰਿਹਾ ਬੁੱਲਰ ਸਾਹਿਬ ਜੀ ਵੀ ਹੈਗੇ ਆ, ਕਿਹੜੀ ਚੀਜ਼ ਸਾਨੂੰ ਠੀਕ ਨਹੀਂ ਲੱਗੀ ਅਸੀਂ ਟਿੱਪਣੀ ਦੇ ਸਕਦੇ। ਚਲੋ ਜਸੇ ਜੀ ਚਲੋ ਮੇਰਾ ਜੋ ਜਸੇ ਜੀ ਹੁਣ ਮੇਰਾ ਖੜਿਆਲ ਸਾਹਿਬ ਇੱਕ ਮਿੰਟ ਜਸੇ ਜੀ ਸਰ ਰੁਕ ਜੋ ਨਾ, ਹੁਣ ਸਰ ਤੁਹਾਡੀ ਸਟੇਟਮੈਂਟ ਆ ਗਈ, ਇੱਕ ਮਿੰਟ ਰੁਕ ਜੋ ਸਰ। ਹਾਂ ਮਿਸਟਰ ਖੜਿਆਲ ਆਪਣੀ ਗੱਲ ਪੂਰੀ ਕਰੋ। ਦੇਖੋ ਮੈਂ ਇਹਨਾਂ ਨੂੰ ਇੱਕ ਚੀਜ਼ ਦੱਸਦਾ ਕਿ ਸੁਪਰੀਮ ਕੋਰਟ 'ਚ ਆ ਕਿਹਾ ਗਿਆ ਉਹ ਕਿਹਾ ਗਿਆ ਤਾਂ ਇਹਨਾਂ ਨੇ ਦੱਸਤਾ, ਲੇਕਿਨ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ ਬਕਾਇਦਾ ਲਿਖਿਆ ਹੋਇਆ 248 ਕਰੋੜ ਦੀ ਟ੍ਰੇਲ ਹੈ, ਉਹਦੇ ਤਾਂ ਤੁਸੀਂ ਬੋਲੇ ਨਹੀਂ ਜਸਤੇਜ ਜੀ, ਉਹਦੇ ਵੀ ਥੋੜ੍ਹਾ ਬੋਲਦੇ। ਅਤੇ ਸੁਪਰੀਮ ਕੋਰਟ ਨੂੰ ਤੁਸੀਂ ਚੈਲੰਜ ਕਰ ਰਹੇ ਹੋ, ਕੋਈ ਰਿਵਿਊ ਪਟੀਸ਼ਨ ਪਾਈ ਤੁਸੀਂ, ਜਾਂ ਫਿਰ ਆਈ ਐਮ ਸੋਰੀ ਤੁਸੀਂ ਇਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਪੋਲੀਟੀਕਲ ਲੈਵਲ 'ਤੇ ਤਾਂ ਬੋਲਦੀ ਹੈ, ਕੋਰਟ 'ਚ ਜਿੱਥੇ ਚੈਲੰਜ ਕਰ ਸਕਦੇ ਹੈ, ਜਿੱਥੇ ਉਹਦਾ ਆਲਟਰਨੇਟ ਟਰਾਈ ਕਰ ਸਕਦੇ, ਉੱਥੇ ਆਲਟਰਨੇਟ ਟਰਾਈ ਕਰਦੇ ਨਹੀਂ ਇਹ, ਚਾਹੇ ਇਹਨਾਂ ਦੇ ਲੀਡਰਾਂ ਦੇ ਕੇਸ ਹੋਣ, ਰਿਵਿਊ ਪਟੀਸ਼ਨਸ ਹੋਣ, ਚਾਹੇ ਬੇਲ ਤੋਂ ਬਾਅਦ ਉਹਨੂੰ ਅੱਗੇ ਫਰਦਰ ਆਲਟਰਨੇਟ ਉਹਦਾ ਭਾਲਣਾ ਹੋਵੇ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੈ ਕਿ ਆਪਣਾ ਜੇ ਇਹਨਾਂ ਨੇ ਉਦੋਂ ਐਕਸਾਈਜ਼ ਪਾਲਿਸੀ ਦੇ ਵਿੱਚ ਗਲਤ ਕੁਛ ਨਾ ਕੀਤਾ ਹੁੰਦਾ ਤਾਂ ਫਿਰ ਵਿਦਡਰਾਅ ਕਿਉਂ ਕੀਤੀ ਸੀ? ਖੜਿਆਲ ਸਾਹਿਬ, ਤੁਹਾਨੂੰ ਸਾਰੀਆਂ ਪੋਲੀਟੀਕਲ ਪਾਰਟੀ ਨੂੰ ਪੋਲੀਟੀਕਲ ਵੈਂਡਟਾ ਕਿਉਂ ਲੱਗਦਾ ਜੋ ਧਰਮ ਸਾਊਥ ਨੂੰ ਧਰਮ ਸੋਤ ਨੂੰ ਉਹਨਾਂ 'ਤੇ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਉਹ ਪੋਲੀਟੀਕਲ ਵੈਂਡਟਾ ਲੱਗਦਾ? ਬਿਲਕੁਲ, ਈਡੀ ਕਾਰਵਾਈ ਕਰਦੀ ਪਈ ਹੈ। ਮੈਂ ਦੱਸ ਰਿਹਾ, ਹਾਂ ਪਹਿਲੀ ਗੱਲ ਤਾਂ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਬੜਾ ਕਲੀਅਰਲੀ ਕਹਿੰਦਾ, ਵਨ ਇਸ ਟੂ ਬੀ ਪ੍ਰਿਜ਼ੂਮਡ ਇਨੋਸੈਂਟ ਅਨਟਿਲ ਪ੍ਰੂਵਨ ਗਿਲਟੀ। ਇਹ ਇਲਜ਼ਾਮ ਲਾ ਸਕਦੇ ਹੈ, ਪਰਚਾ ਕਰ ਸਕਦੇ ਹੈ, ਲੇਕਿਨ ਦੋਸ਼ੀ ਕੋਈ ਸਾਬਿਤ ਨਹੀਂ ਹੋਇਆ, ਸਾਰਿਆਂ ਕੋਲ ਜ਼ਮਾਨਤ ਹੈ। ਦੂਜੀ ਗੱਲ, ਇਹਨਾਂ ਦੇ ਲੀਡਰਾਂ ਕੋਲ ਜ਼ਮਾਨਤ ਨਹੀਂ ਹੈ। ਤੀਜਾ ਸਭ ਤੋਂ ਜ਼ਰੂਰੀ ਸਵਾਲ, ਜੇ ਇਹਨਾਂ ਨੇ ਕੀਤਾ ਕੁਛ ਨਹੀਂ ਸੀਗਾ ਲਿਕਰ ਪੋਲਿਸੀ 'ਚ ਤਾਂ ਵਿਦਡਰਾਅ ਕਿਉਂ ਕੀਤੀ? ਅਤੇ ਮੁੱਦੇ 'ਤੇ ਸਵਾਲ, ਮੈਂ ਇੱਕੋ ਚੀਜ਼ ਕਹੂੰਗਾ, ਜਦੋਂ ਦਲੀਲ ਖਤਮ ਹੋ ਜਾਂਦੀ ਹੈ ਨਾ ਕਿਸੇ ਕੋਲ, ਫਿਰ ਬੰਦਾ ਪਾਵਰ ਦਾ ਪਾਵਰ ਨੂੰ ਮਿਸਯੂਜ਼ ਕਰਦਾ, ਉਹਦਾ ਦੁਰਉਪਯੋਗ ਕਰਦਾ। ਉਹ ਐਗਜ਼ਾਮਪਲ ਆਪਾਂ ਦੇਖੇ ਜਿਹੜੇ ਤੁਸੀਂ ਨਾਮ ਗਿਣਾ ਰਹੇ ਸੀਗੇ, ਦੇ ਹੈਵ ਆਲ ਬੀਨ ਸਬਜੈਕਟਡ ਟੂ ਅਬਿਊਜ਼ ਆਫ ਪਾਵਰ। ਇਹ ਦਿੱਲੀ 'ਚ ਕੀ ਇਲਜ਼ਾਮ ਲਾਉਂਦੇ ਆ? ਬੀਜੇਪੀ ਈਡੀ ਨੂੰ ਮਿਸਯੂਜ਼ ਕਰ ਰਹੀ ਹੈ, ਆਈਟੀ ਨੂੰ ਮਿਸਯੂਜ਼ ਕਰ ਰਹੀ ਹੈ, ਸੀਬੀਆਈ ਨੂੰ ਮਿਸਯੂਜ਼ ਕਰ ਰਹੀ ਹੈ, ਤੇ ਪੰਜਾਬ 'ਚ ਐਗਜੈਕਟਲੀ ਉਹਨਾਂ ਦੇ ਨਕਸ਼ੇ ਕਦਮ ਨੂੰ ਫੋਲੋ ਕਰਕੇ ਵਿਜੀਲੈਂਸ ਨੂੰ ਮਿਸਯੂਜ਼ ਕਰਦੇ ਆ, ਪੁਲਿਸ ਨੂੰ ਮਿਸਯੂਜ਼ ਕਰਦੇ ਆ, ਤਾਂ ਉਹਦਾ ਲੇਟੈਸਟ ਐਗਜ਼ਾਮਪਲ ਆਪਾਂ ਦੇਖ। ਠੀਕ 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 ਹਾਂ ਮਿਸਟਰ ਬੁੱਲਰ, ਕੀ ਕਹਿਣਾ ਚਾਹ ਰਹੇ ਬੋਲੋ। ਦੇਖੋ ਕੇ ਪੀ ਜੀ, ਬੜਾ ਅਫਸੋਸ ਹੁੰਦਾ ਹੈ ਜਦੋਂ ਨਾ ਕੋਈ ਸਵਾਲ ਕੀਤਾ ਜਾਵੇ ਅਤੇ ਦੂਸਰੇ ਪਾਸੋਂ ਵੀ ਇਹ ਜਵਾਬ ਆਏ ਵੀ ਇਹਨਾਂ ਨੂੰ ਕੁਛ ਪਤਾ ਹੀ ਨਹੀਂ ਹੁੰਦਾ। ਸਾਨੂੰ ਪਤਾ ਨਹੀਂ ਹੈਗਾ ਤਾਂ ਹੀ ਤਾਂ ਪੁੱਛ ਰਹੇ ਹੈ ਵੀ ਉਹ ਕਿਹੜੀ ਡੇਟ ਸੀ ਜਦੋਂ ਐਡਵਰਟਾਈਜਮੈਂਟ ਆ ਗਈ ਸੀ, ਕਿਹੜੀ ਡੇਟ ਸੀ ਜਦੋਂ ਟੈਸਟ ਹੋਇਆ ਸੀ, ਜਦੋਂ ਇੰਟਰਵਿਊ ਹੋਈ ਸੀ, ਸਾਨੂੰ ਦੱਸ ਦਿਓ। ਅਸੀਂ ਤਾਂ ਮਤਲਬ ਅਨਪੜ੍ਹ ਜਨਤਾ ਹੈਗੇ ਹਾਂ, ਅਸੀਂ ਆਪਣਾ ਸਵਾਲ ਲੈ ਕੇ ਆਏ ਹਾਂ ਵੀ ਹਾਂ ਸਾਨੂੰ ਦੱਸ ਦਿਓ, ਸਾਨੂੰ ਨਹੀਂ ਪਤਾ। ਮਿਸਟਰ ਬੁੱਲਰ ਇੱਕ ਮਿੰਟ, ਡਾਊਟ ਕਿਉਂ ਹੈ ਸਰ? ਮੈਂ ਸਵਾਲ ਕੀਤਾ, ਉਹਦਾ ਜਵਾਬ ਕੋਈ ਆ ਸਕਦਾ? ਮੈਂ ਡਾਊਟ ਨਹੀਂ ਕੀਤਾ, ਮੈਂ ਸਿਰਫ ਸਵਾਲ ਕੀਤਾ। ਅਗਰ ਜਵਾਬ ਲੈ ਕੇ ਦੇ ਸਕਦੇ ਹੋ ਤਾਂ ਬਹੁਤ ਮਿਹਰਬਾਨੀ ਹੋਊਗੀ, ਨਹੀਂ ਦੇ ਸਕਦੇ ਤਾਂ ਸਾਨੂੰ ਪਤਾ ਵੀ ਜਵਾਬ ਹੈ ਨਹੀਂ ਉਸ ਚੀਜ਼ ਦਾ। ਦੂਸਰੀ ਗੱਲ,
ਇੱਕ ਸਿਰਫ ਇੱਕ ਟਿਕਟ ਦੇ ਸਾਹਮਣੇ ਇੱਕ ਦਿਨ ਸਿਰਫ ਪੇਸ਼ ਨਹੀਂ ਹੋਏ ਆਪਣੇ ਵਿਕਰਮ ਜੇਠੀਆ ਜੀ ਜਦੋਂ ਸਭਾ ਚੱਲ ਰਹੀ ਸੀ ਔਰ ਉਹਨਾਂ ਨੇ ਉਸ ਚੀਜ਼ ਦਾ ਪਹਿਲਾਂ ਹੀ ਲਿਖ ਕੇ ਦੇ ਦਿੱਤਾ ਸੀ ਵੀ ਉਸ ਡੇਟ ਤੋਂ ਮੈਂ ਨਹੀਂ ਆ ਸਕਦਾ ਉਸ ਤੋਂ ਬਾਅਦ ਮੈਨੂੰ ਜਿਹੜੀ ਮਰਜ਼ੀ ਡੇਟ ਦਿੰਦੇ ਹੋ ਲੇਕਿਨ ਉਹ ਸੇਮ ਡੇਟ ਦਿੱਤੀ ਗਈ ਇਹ ਸਾਰੇ ਪ੍ਰੋਟੋਕਾਲ ਸਟੇਜ ਹੀ ਹੋਣਾ ਸਮੇਤ ਸਾਰੇ ਹੀ ਲੋ ਜੀ ਭੱਜ ਗਏ ਡਰ ਗਏ ਫਲਾਣਾ ਹੋ ਗਿਆ ਉਹ ਇੱਕ ਇਹਨਾਂ ਦੇ ਬਲਵਿੰਦਰ ਕੰਗ ਨੇ ਉਹ ਵੀ ਲੋ ਅੱਜ ਮਜੀਠੀਆ ਭੱਜ ਗਿਆ ਮਹਾਰਾਜ ਸਾਡੇ ਸੁਪਰੀਮ ਕੋਰਟ ਤੇ 10-11 ਦਿਨ ਲੁਕੇ ਰਹੇ ਏਦਾਂ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਜੇ ਉਹ ਚੋਰ ਨਹੀਂ ਜੇ ਉਹਨਾਂ ਚੋਰੀ ਨਹੀਂ ਕੀਤੀ ਟੋਟਲ ਸਾਰੇ ਚੈਨਲ ਤੋਂ ਜਸਦੇਵ ਜੀ ਸਮੇਤ ਇਹਨਾਂ ਦੇ ਚੀਫ ਸਪੋਕਸਮੈਨ ਸਾਰੇ ਗਾਇਬ ਹੋ ਜਾਂਦੇ ਚੈਨਲ ਦੇ ਉੱਤੇ ਕਿਉਂਕਿ ਜਵਾਬ ਦੇਣਾ ਪਊਗਾ ਸਵਾਗਤ ਹੈ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਪੰਜਾਬ ਪੁਲਿਸ ਨੂੰ ਪੋਲੀਟੀਕਲ ਪ੍ਰੈਸ਼ਰ ਤੋਂ ਮੁਕਤੀ ਵਾਲੇ ਮੁੱਖ ਮੰਤਰੀ ਦੇ ਦਾਅਵੇ ਤੇ ਵਿਰੋਧੀ ਧਿਰਾਂ ਕਿਉਂ ਭੜ ਗਈਆਂ ਜਸਤੇਜ ਜੀ ਇਹ ਸਵਾਲ ਵਾਰ ਵਾਰ ਅਕਾਲੀ ਦਲ ਪੁੱਛ ਰਿਹਾ ਨਿਯੁਕਤੀਆਂ ਵਾਲਾ ਸਰ ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਜਸਤੇਜ ਜੀ ਤੁਸੀਂ ਪਹਿਲਾਂ ਵੀ ਉਹਦਾ ਜਵਾਬ ਦਿੱਤਾ ਸੀ ਉਹ ਦੁਬਾਰਾ ਪੁੱਛ ਰਹੇ ਆ ਸਰ ਪਹਿਲੀ ਗੱਲ ਤਾਂ ਜੇ ਤੁਸੀਂ ਸਿਰਫ ਘੇਰਨ ਲਈ ਬੁਲਾਉਣਾ ਕੇਪੀ ਜੀ ਸਿੱਧੀ ਜੀ ਗੱਲ ਕਰ ਲਿਆ ਕਰੋ ਕਿਉਂਕਿ ਤੁਸੀਂ ਜਦੋਂ ਇਹ ਟੌਪਿਕ ਤੋਂ ਹਟਦੇ ਆ ਤੁਸੀਂ ਉਹਨਾਂ ਨੂੰ ਟੋਕਦੇ ਨਹੀਂ ਜਦੋਂ ਮੈਂ ਜਵਾਬ ਦਿੰਦਾ ਮੈਨੂੰ ਵਾਰ ਵਾਰ ਟੋਕਦੇ ਹੁਣ ਮੈਨੂੰ ਤੁਹਾਡੀ ਸਟੇਟਮੈਂਟ ਮੈਨੂੰ ਚੰਗੀ ਲੱਗੀ ਜਸਤੇਜ ਜੀ ਵੈਸੇ ਠੀਕ ਹੈ ਮੈਂ ਘੇਰਨ ਲਈ ਨਹੀਂ ਬੁਲਾ ਰਿਹਾ ਸਰ ਮੈਂ ਸਵਾਲ ਲਈ ਬੁਲਾ ਰਿਹਾ ਜਸਤੇਜ ਜੀ ਜੇ ਓਪੋਜੀਸ਼ਨ ਦਾ ਸਵਾਲ ਆਊਗਾ ਤਾਂ ਮੇਰੀ ਇਹ ਜ਼ਿੰਮੇਵਾਰੀ ਹੈ ਸਰ ਮੈਂ ਸਵਾਲ ਤੁਹਾਡੇ ਅੱਗੇ ਰੱਖਾਂ ਤੁਸੀਂ ਜੇ ਜਵਾਬ ਨਹੀਂ ਦੇਣਾ ਸਰ ਤੁਸੀਂ ਉਹਦੇ ਲਈ ਸੁਰਖਰੂ ਹੋ ਸਰ ਨਾ ਦਿਓ ਜਵਾਬ ਕੋਈ ਇਸ਼ੂ ਨਹੀਂ ਜਸਤੇਜ ਜੀ ਸਰ ਉਹੀ ਤੁਹਾਨੂੰ ਕਿਹਾ ਕਿ ਘੇਰਨ ਦੇ ਲਈ ਜੇ ਬੁਲਾਉਣਾ ਹੈ ਕੋਈ ਇਹੋ ਜਿਹੀ ਗੱਲ ਨਹੀਂ ਘੇਰੋ ਪਰ ਮੇਰਾ ਜਵਾਬ ਲੈ ਲਓ ਪੂਰੇ ਤਰੀਕੇ ਸਰ ਜੇ ਤੁਸੀਂ ਜਸਤੇਜ ਜੀ ਪਹਿਲਾਂ ਮੇਰੀ ਗੱਲ ਸੁਣੋ ਸਰ ਜਸਤੇਜ ਜੀ ਜੇ ਤੁਸੀਂ ਸਾਡੇ ਮੰਚ ਨੂੰ ਕਹਿ ਰਹੇ ਘੇਰਨ ਲਈ ਬੁਲਾ ਰਹੇ ਹਾਂ ਅਸੀਂ ਤਾਂ ਫਿਰ ਤੁਹਾਡੀ ਸਟੇਟਮੈਂਟ ਨੂੰ ਮੈਂ ਸਰ ਅਡੋਪਟ ਨਹੀਂ ਕਰ ਰਿਹਾ ਜਸਤੇਜ ਜੀ ਬਹੁਤ ਕਲੀਅਰ ਹੈ ਸਰ ਕੇਪੀ ਜੀ ਜਦੋਂ ਇਹ ਵਿਰੋਧੀ ਇੱਥੇ ਗੱਲ ਕਰਦੇ ਆ ਤੁਸੀਂ ਟੋਕ ਨਹੀਂ ਰਹੇ ਠੀਕ ਹੈ ਟੌਪਿਕ ਤੇ ਰਹਿਣ ਨਾ ਰਹਿਣ ਮੈਨੂੰ ਕੋਈ ਇਸ਼ੂ ਨਹੀਂ ਮੈਂ ਜਵਾਬ ਦੇਈ ਹੈਗੀ ਹੈ ਮੈਂ ਦਊਂਗਾ ਜਵਾਬ ਠੀਕ ਹੈ ਨਾ ਬਟ ਪਲੀਜ਼ ਮੇਰੀ ਗੱਲ ਕੰਪਲੀਟ ਹੋ ਲੈਣ ਦਿਆ ਕਰੋ ਆਪਣੇ ਸਵਾਲ ਜਸਤੇਜ ਜੀ ਹੁਣ ਵੀ ਆਪਾਂ ਟਾਈਮ ਵੇਸਟ ਕਰ ਲਿਆ ਜਸਤੇਜ ਜੀ ਆਪਾਂ ਟਾਈਮ ਬਾਏ ਕਰ ਰਹੇ ਹਾਂ ਸਰ ਹੋਰ ਕਰ ਕੀ ਰਹੇ ਆਪਾਂ ਜਸਤੇਜ ਜੀ ਸਰ ਤੁਸੀਂ ਜੇ ਜਵਾਬ ਦੇਣਾ ਦੇ ਦਿਓ ਸਰ ਨਹੀਂ ਦੇਣਾ ਨਾ ਦਿਓ ਕੋਈ ਕੁਝ ਵੀ ਇਸ਼ੂ ਨਹੀਂ ਮੈਂ ਹਰ ਇੱਕ ਗੱਲ ਦਾ ਜਵਾਬ ਦੇ ਰਿਹਾ ਤੁਸੀਂ ਮੈਨੂੰ ਵਿੱਚ ਲੀਹ ਤੋਂ ਉਤਾਰੀ ਜਾਂਦੇ ਹੋ ਗੱਲ ਚਲੋ ਇੱਕ ਮੈਂ ਸਿੱਧਾ ਸਵਾਲ ਕਰਦਾ ਸਰ ਜੋ ਫਾਰਮਰ ਐਸਐਸਪੀ ਨੇ ਸਵਾਲ ਕੀਤਾ ਕਿ ਐਮਐਲਏ ਦੇ ਹੁਕਮ ਮੰਨਣੇ ਪੈਂਦੇ ਪੁਲਿਸ ਨੂੰ ਇਹਦਾ ਜਵਾਬ ਦੇ ਦਿਓ ਸਰ ਸਰ ਜੀ ਪਹਿਲਾਂ ਮੈਂ ਉਹਨਾਂ ਦੇ ਜਵਾਬ ਦੇ ਰਿਹਾ ਸੀਗਾ ਜਦੋਂ ਮੈਂ ਉਹਨਾਂ ਐਸਐਸਪੀ ਸਾਹਿਬ ਕੋਲ ਆਇਆ ਤੇ ਤੁਸੀਂ ਬ੍ਰੇਕ ਤੇ ਚਲੇ ਗਏ ਹੁਣ ਫੇਰ ਮੇਰੀ ਗੱਲ ਜਸਤੇਜ ਜੀ ਹੁਣ ਫੇਰ ਵੀ ਟਾਈਮ ਖਰਾਬ ਕਰ ਲਿਆ ਮੈਂ ਉਹਨਾਂ ਦੇ ਵੀ ਜਵਾਬ ਦੇ ਰਿਹਾ ਇਹਨਾਂ ਦੇ ਵੀ ਜਵਾਬ ਦੇ ਜਸਤੇਜ ਜੀ ਮੈਂ ਸਿੰਪਲ ਸਵਾਲ ਕਰ ਰਿਹਾ ਸਰ ਇਹਦਾ ਜਵਾਬ ਤੁਸੀਂ ਦੇਣਾ ਜਾਂ ਨਹੀਂ ਦੇਣਾ ਸਰ ਜਸਤੇਜ ਜੀ ਪਲੀਜ਼ ਮੈਂ ਬੇਨਤੀ ਹੈ ਸਰ ਤੁਹਾਡਾ ਵੀ ਜਵਾਬ ਦੇਣਾ ਨਹੀਂ ਸਰ ਜੇ ਤੁਸੀਂ ਪੁੱਛਿਆ ਨਾ ਸਪੈਸਿਫਿਕ ਸਵਾਲ ਕੀ ਹੈ ਮੈਂ ਤੁਹਾਨੂੰ ਸਵਾਲ ਕਰ ਲਿਆ ਸਰ ਜੇ ਇਹਦਾ ਜਵਾਬ ਦੇਣਾ ਦੇ ਦਿਓ ਸਰ ਮੈਂ ਨਹੀਂ ਕਿਹਾ ਸਪੈਸਿਫਿਕ ਆਪਾਂ ਹੋਰ ਫਿਰ ਟਾਈਮ ਬਰਬਾਦ ਕਰ ਰਹੇ ਹਾਂ ਸਰ ਜਸਤੇਜ ਜੀ ਨਹੀਂ ਨਹੀਂ ਮੈਂ ਦੇਖੋ ਜਦੋਂ ਇਹਨਾਂ ਨੇ ਜੋ ਸਵਾਲ ਪੁੱਛੇ ਮੈਂ ਉਹਦੇ ਜਵਾਬ ਵੀ ਦੂੰਗਾ ਉਸ ਤੋਂ ਬਾਅਦ ਚਲੋ ਮੇਰੇ ਕੋਲ ਟਾਈਮ ਹੋਣਾ ਨਹੀਂ ਜਸਤੇਜ ਜੀ ਇੱਕ ਮਿੰਟ ਰੁਕ ਜਾਓ ਪਲੀਜ਼ ਇੱਕ ਮਿੰਟ ਰੁਕ ਜਾਓ ਕੁਲਸ਼ਿੰਦਰ ਜੀ ਤੁਸੀਂ ਇਹ ਸਵਾਲ ਕਿਉਂ ਅੱਜ ਕਰ ਰਹੇ ਹੋ ਤੁਸੀਂ ਜੋ ਨੌਕਰੀ ਵਿੱਚ ਸੀਗੀ ਉਦੋਂ ਚੱਲਦਾ ਹੋਊਗਾ ਸਭ ਕੁਛ ਐਮਐਲਏ ਦੇ ਹੁਕਮ ਮੰਨਣੇ ਪੈਂਦੇ ਆ ਉਹ ਅੱਜ ਕਹਿੰਦੇ ਅਸੀਂ ਸਭ ਕੁਛ ਚੀਜ਼ਾਂ ਬਦਲਤੀਆਂ ਕੁਲਸ਼ਿੰਦਰ ਜੀ ਦੇਖੋ ਇਹਦੇ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਮੈਂ ਗੱਲ ਕੀਤੀ ਸੀਗੀ 2007 ਤੋਂ ਬਾਅਦ ਜਿਹੜੀ ਸਰਕਾਰ ਆਈ ਸੀ 7 ਤੋਂ 12 ਤੱਕ
ਇਹਨਾਂ ਨੇ ਕੰਸਟੀਚੁਐਂਸੀ ਬਦਲਦੀਆਂ ਸਾਰੀਆਂ, ਉਹ MLA ਵਾਈਜ਼ ਕਰਦੀਆਂ, MLA ਕੰਸਟੀਚੁਐਂਸੀ ਵਿੱਚ ਹੀ ਸਬ ਡਿਵੀਜ਼ਨ ਬਣਾਤੇ, ਉਹਦੇ ਵਿੱਚ ਹੀ ਪੁਲਿਸ ਸਟੇਸ਼ਨ ਬਣਾਤੇ, ਉਹਦੇ ਹੱਦਾਂ ਨਾਲ ਲੜਾਤੀਆਂ। ਇੱਕ MLA ਦੇ ਨੂੰ ਵੀ ਬੌਸ ਬਣਾਤਾ ਉੱਥੇ, ਉਹ ਮੁੜ ਕੇ ਕਿਸੇ ਸਰਕਾਰ ਨੇ ਨਾ ਕਾਂਗਰਸ ਸਰਕਾਰ ਨੇ ਹਟਾਇਆ ਨਾ ਹੁਣ ਹਟਾਇਆ ਕਿਸੇ ਨੇ, ਉਹ ਜਦ ਤੱਕ ਨਹੀਂ ਹਟਦਾ ਉੱਥੇ ਇੱਕ ਪ੍ਰੈਸ਼ਰ ਤਾਂ ਰਹੂਗਾ, ਕਿਉਂਕਿ ਪੋਸਟਿੰਗ ਐਂਡ ਟ੍ਰਾਂਸਫਰ ਉਹਦੀ ਮਰਜ਼ੀ ਨਾਲ ਹੁੰਦੀ, ਉਹ MLA ਇੱਕ ਹੈਗਾ ਉੱਥੇ, ਉਹ ਆਪਣੀ ਮਰਜ਼ੀ ਨਾਲ ਕਰਾਉਂਦਾ ਉਹ ਜਹਾਜ਼ ਇੰਚਾਰਜ ਕਰਾਉਂਦਾ। ਜਿਹੜੇ ਤੁਸੀਂ ਕਿਸੇ ਦੀ ਪੋਸਟਿੰਗ ਐਂਡ ਟ੍ਰਾਂਸਫਰ ਕਰਾਉਂਗੇ, ਫਿਰ ਤੁਸੀਂ ਨੈਚੁਰਲੀ ਹੈ ਵੀ ਬੰਦਾ ਉਹਦੀ ਗੱਲ ਮੰਨੂਗਾ, ਜੇ ਨਹੀਂ ਮੰਨੂਗਾ ਉਹ ਟ੍ਰਾਂਸਫਰ ਕਰਾ ਲਊਗਾ ਉਹਦੀ। ਨਹੀਂ ਕੁਲਸ਼ਿੰਦਰ ਜੀ, ਕੁਲਸ਼ਿੰਦਰ ਜੀ, ਕੁਲਸ਼ਿੰਦਰ ਜੀ, ਕੁਲਸ਼ਿੰਦਰ ਜੀ, ਕੁਲਸ਼ਿੰਦਰ ਜੀ, ਤੁਹਾਨੂੰ ਐਂ ਕਿਉਂ ਲੱਗਦਾ ਪਿਆ ਅੱਜ ਵੀ ਇੱਦਾਂ ਚੱਲਦਾ ਪਿਆ? ਉਹ ਤਾਂ ਕਹਿੰਦੇ ਸਭ ਕੁਝ ਕਲੀਨ ਕਰਤਾ। ਅੱਜ ਤਾਂ ਜੋ ਮੇਰਾ ਕੋਈ ਐਕਸਪੀਰੀਅੰਸ ਨਹੀਂ, ਅੱਜ ਚੱਲ ਤੱਕ ਨਹੀਂ ਚੱਲਦਾ, ਲੇਕਿਨ ਕੰਸਟੀਚੁਐਂਸ ਤਾਂ ਹੋਈ ਹੈ ਨਾ, ਕੰਸਟੀਚੁਐਂਸ ਤਾਂ ਜੇ ਨਹੀਂ ਹੋਈਆਂ, ਇਹ ਤਾਂ ਮੈਨੂੰ ਪਤਾ। ਚਲੋ ਜਸਤੇਜ ਜੀ ਇਹਦਾ ਜਵਾਬ ਦੇਣਾ ਚਾਹੁੰਦੇ ਤੁਸੀਂ? ਨਾ ਸਰ, ਤੁਸੀਂ ਸੁਣ ਲਓ ਬਾਕੀਆਂ ਦੇ, ਉਸ ਤੋਂ ਬਾਅਦ ਜੇ ਟਾਈਮ ਹੋਇਆ ਮੇਰੇ ਵਾਸਤੇ। ਜਸਤੇਜ ਜੀ ਮੈਂ ਸਵਾਲ ਕਰ ਰਿਹਾ, ਜਸਤੇਜ ਜੀ ਇਦਾਂ 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 ਤਾਂ ਕੋਈ ਫਾਇਦਾ ਨਹੀਂ। ਨਾ ਨਾ ਸਰ, ਤੁਸੀਂ ਆਪਣੇ ਵੱਲੋਂ ਸਵਾਲ ਜਿੰਨੇ ਮਰਜ਼ੀ ਕਰੋ, ਜੇ ਤੁਸੀਂ ਟਾਈਮ ਨਹੀਂ ਦੇਣਾ। ਜਸਤੇਜ ਜੀ ਹੁਣ ਟਾਈਮ ਦੇ ਰਹਿਣਾ ਸਰ, ਤੁਸੀਂ ਟਾਈਮ ਕੱਢ ਕੇ ਦੇਖ ਲਿਓ ਸਰ, ਕਿਹਨੂੰ ਟਾਈਮ ਜਾ ਦਿੱਤਾ, ਇਦਾਂ ਕਿਉਂ ਕਰਦੇ ਜਸਤੇਜ ਜੀ? ਆਪਾਂ ਤੁਸੀਂ ਟਾਈਮ ਕੱਢ ਕੇ ਦੇਖ, ਆਪਾਂ ਟਾਈਮ ਵੇਸਟ ਕਰ ਰਹੇ ਜਸਤੇਜ ਜੀ, ਆਪਾਂ ਟਾਈਮ ਵੇਸਟ ਕਰ ਰਹੇ ਸਰ। ਸਰ ਟਾਈਮ ਵੇਸਟ ਤੁਸੀਂ ਕਰਨ ਨੂੰ ਮਜਬੂਰ ਕਰ ਰਹੇ ਹੋ। ਤੁਸੀਂ ਨਿੱਜੀ ਲੈ ਰਹੇ ਹੋ ਇਸ ਡਿਬੇਟ ਨੂੰ ਸਰ, ਮਾਫ ਕਰਨਾ। ਹਾਂ ਪੁਲਨ ਸਾਹਿਬ, ਰੁਕ ਜਾਓ ਸਰ, ਜਸਤੇਜ ਜੀ ਰੁਕ ਜਾਓ ਸਰ, ਰੁਕ ਜਾਓ ਫਿਰ। ਹਾਂ ਪੁਲਨ ਸਾਹਿਬ ਬੋਲੋ, ਕੀ ਕਹਿਣਾ ਚਾਹ ਰਹੇ? ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਤੇ ਕੋਈ ਨਵੀਂ ਗੱਲ ਨਹੀਂ ਹੈਗੀ, ਹੁਣ ਮਜਬੂਰੀ ਹੈ ਜਸਤੇਜ ਜੀ ਦੀ, ਇਹ ਡਿਬੇਟ ਚ ਜਾ ਨਹੀਂ ਸਕਦੇ ਕਿਉਂਕਿ ਆਏ ਹੋਏ ਨੇ। ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਇਸਦੇ ਸਵਾਲ ਆ ਸਕਦੇ, ਸ਼ਾਇਦ ਜਮੀਨ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਸੀ ਖਾਲੀ ਪਈ ਹੁੰਦੀ, ਆਮ ਤੌਰ ਤੇ ਉਹਦੀ ਕੰਮ ਹੀ ਕਰਦੀ। ਮੈਂ KP ਜੀ ਇਹੀ ਕਹੂੰਗਾ ਕਿ ਇਹ ਜਵਾਬਦੇਹੀ ਤੋਂ ਭੱਜਦੇ ਆ, ਕਿਉਂਕਿ ਜੋ ਇਹ ਕਹਿੰਦੇ ਸੀ ਅਸੀਂ ਕਰਾਂਗੇ, ਅੱਜ ਉਸ ਤੋਂ ਬਿਲਕੁਲ ਉਲਟ ਹੋ ਰਿਹਾ। ਮੈਂ KP ਜੀ ਐਗਜ਼ਾਮਪਲ ਦਿੱਤੀ ਸੀ ਗੁਰਮੀਤ ਚੌਹਾਨ ਦੀ, ਕਿ ਇੱਕ MLA ਦਾ ਜਿਹੜਾ ਰਿਸ਼ਤੇਦਾਰ ਹੈ ਉਹ ਫੜਿਆ ਜਾਂਦਾ, ਜਵਾਈ ਭਰੋਈਆ ਫੜਿਆ ਜਾਂਦਾ, ਉਹਦੀਆਂ ਵੀਡੀਓ ਹੁੰਦੀਆਂ ਉਹਨਾਂ ਦੇ ਕੋਲ, ਤੇ ਪੂਰਾ ਪੂਰਾ ਥਾਣਾ ਸਸਪੈਂਡ ਕਰ ਦਿੱਤਾ ਜਾਂਦਾ, ਜਵਾਬ ਦਿੱਤਾ। ਦੇਖੋ ਇੰਨਾ ਕੋਈ ਜਵਾਬ ਹੀ ਨੀ ਹੈਗੇ, ਇਹਦੇ ਭਗੋਣੇ ਲੋਕ ਨੇ, ਜੇ ਵਾਕਈ ਮੰਨਦੇ ਨੇ ਸੁਪਰੀਮ ਕੋਰਟ ਨੂੰ ਨਹੀਂ ਮੰਨ ਰਹੇ, ਹੋਰ ਦੱਸੋ ਤੁਸੀਂ, ਤੁਹਾਡੇ ਸਾਹਮਣੇ 348 ਕਰੋੜ ਦਾ ਸਾਰੇ ਤੁਹਾਡੇ ਕਿਹਾ ਕਿ ਇਹ ਘਪਲਾ ਹੋਇਆ, ਆਮ ਆਦਮੀ ਪਾਰਟੀ ਦੀ ਸਰਕਾਰ। ਇੱਕ ਆਨਰੇਬਲ ਹਾਈ ਕੋਰਟ ਦੀ ਜਜਮੈਂਟ ਵੀ ਆ, ਮੈਂ ਤੁਹਾਨੂੰ ਦਿਖਾ ਦਿੰਦਾ, ਆ ਦੇਖ ਲਓ, ਮੈਂ ਇਹਦੇ ਪੜ੍ਹ ਦਿੰਦਾ ਕੀ ਲਿਖਿਆ। ਫਾਲਸ FIRs ਆਰ ਬਿਕਮਿੰਗ ਅ ਟ੍ਰੈਂਡ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇੰਪੋਜ਼ਸ ₹1,00,000 ਕੋਸਟ ਔਨ ਕੰਪਲੇਨੈਂਟ। ਸੋ ਮਤਲਬ ਫਾਲਸ ਪਰਚੇ, ਹੁਣ ਜਦੋਂ ਖਹਿਰਾ ਸਾਹਿਬ ਵੀ ਅੰਦਰ ਸੀਗੇ ਫਾਲਸ ਕੇਸ ਦੇ ਵਿੱਚ, ਖਹਿਰਾ ਸਾਹਿਬ ਨੇ ਵੀ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕਲੀਅਰਲੀ ਦੱਸਿਆ ਕਿ ਉੱਥੇ ਬਹੁਤ ਲੋਕ ਐਸੇ ਜਿਹੜੇ ਨਿਰਦੋਸ਼ ਹੈ, ਬਿਲਕੁਲ ਨਿਰਦੋਸ਼ ਹੈ, ਕੀਤਾ ਕੁਛ ਨਹੀਂ, ਲੇਕਿਨ ਜਿਹੜੇ ਆ 4 ਸਾਲ 5 ਸਾਲ 6 ਸਾਲ ਕਦੇ ਕਦੇ 8 ਸਾਲ ਵੀ ਲੱਗਦੇ ਆ ਨਾ, ਉਹਦੇ ਵਿੱਚ ਬੰਦੇ ਨੂੰ ਤਰੀਕਾ 'ਤੇ ਜਾਣਾ ਪੈਂਦਾ, ਬੰਦੇ 'ਤੇ ਮੈਂਟਲ ਪ੍ਰੈਸ਼ਰ ਰਹਿੰਦਾ, ਉਹ ਪ੍ਰੋਸੈਸ becomes punishment, ਚਾਹੇ ਐਂਡ ਤੇ ਕੁਇਟ ਹੋ ਜਾਣ, ਬਾਇਜ਼ਤ ਬਰੀ ਹੋ ਜਾਣ, ਲੇਕਿਨ ਪ੍ਰੋਸੈਸ ਜਿਹੜੀ ਹੈ ਨਾ KP ਜੀ,
ਦੈਟ ਡਰੇਨਸ ਯੋਰ ਐਨਰਜੀ। ਖੜਿਆਲ ਸਾਹਿਬ ਤੁਸੀਂ ਮੰਨ ਰਹੇ ਹੋ ਕਿ ਪੰਜਾਬ ਪੁਲਿਸ ਤੇ ਪੋਲੀਟੀਕਲ ਪ੍ਰੈਸ਼ਰ ਪਹਿਲਾਂ ਵੀ ਸੀ ਅੱਜ ਵੀ ਹੈ? ਮੈਂ ਕਿਹਾ ਤੁਹਾਨੂੰ ਪਹਿਲਾਂ ਸੀ ਕਿ ਨਹੀਂ? ਤੁਸੀਂ ਇਹ ਕਿਉਂ ਕਹਿ ਰਹੇ ਹੋ? ਸੀਐਮ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ। ਮੈਂ ਸੀਐਮ ਸਾਹਿਬ ਦੀ ਗੱਲ ਕਰੂੰ ਨਾ, ਇਹ ਮੈਂ ਤਾਂ ਕਹੀ ਨਹੀਂ ਨਾ, ਮੈਂ ਕਹੂੰਗਾ ਕਿਉਂਕਿ ਸਾਡੇ ਵਾਲੇ ਪ੍ਰੈਸ਼ਰ ਨਹੀਂ, ਸਾਡੇ ਵਾਲੇ ਫ੍ਰੀ ਹੈਂਡ ਸੀਗਾ ਤੇ ਤਾਂ ਹੀ ਕਰਕੇ ਪਰਚੇ ਉਹ ਕਹਿ ਰਹੇ ਸਾਡੇ ਵਾਲੇ ਫ੍ਰੀ ਹੈਂਡ ਆ। ਹੁਣ ਜਸਤੇਜ ਜੀ ਕਹਿ ਰਹੇ, ਫਿਰ ਹਾਈਕੋਰਟ ਗਲਤ ਕਹਿ ਰਿਹਾ? ਹਾਈਕੋਰਟ ਸਹੀ ਕਹਿ ਰਿਹਾ ਕਿ ਇਹ ਸਹੀ ਕਹਿ ਰਹੇ ਹੈ? ਚਲੋ ਹੁਣ ਹਾਈਕੋਰਟ ਦੀ ਮੈਂ ਤੁਹਾਨੂੰ ਜਜਮੈਂਟ ਦਿਖਾਈ ਹੈ ਤੇ ਦੂਜੀ ਗੱਲ ਤੁਹਾਨੂੰ ਮੈਂ ਇੱਕ ਹੋਰ ਦੱਸੂਗਾ। ਜਦੋਂ ਪਰਚਾ ਵੀ ਹੋਇਆ ਸੀਗਾ ਨਾ ਮਜੀਠੀਆ ਸਾਹਿਬ ਤੇ ਇਹਨਾਂ ਦੇ ਰਾਘਵ ਚੱਡਾ ਜਿਹੜੇ, ਉਹ ਰਾਘਵ ਚੱਡਾ ਜੀ ਦਾ ਬਿਆਨ ਸੀਗਾ ਵੀ ਪਰਚਾ ਬੜਾ ਕਮਜ਼ੋਰ ਹੈ, ਅੱਜ ਉਹੀ ਪਰਚੇ ਕਰਕੇ ਸੰਮਨ ਕਰ ਪਾ। ਚਲੋ ਮੈਂ ਲਾਸਟ ਸਟੇਟਮੈਂਟ ਲੈ ਲਵਾਂ ਜਸਤੇਜ ਜੀ। ਜਸਤੇਜ ਜੀ, ਜਸਤੇਜ ਜੀ ਇਹ ਕਹਿੰਦੇ ਆ ਕਿ ਫ੍ਰੀ ਹੈਂਡ ਅਸੀਂ ਦਿੱਤਾ ਸੀ ਪੁਲਿਸ ਨੂੰ, ਤੁਸੀਂ ਨਹੀਂ ਦਿੱਤਾ। ਸਰ ਮੈਂ ਤਾਂ ਕੀ ਬੋਲਣਾ, ਤੁਸੀਂ ਸੁਣਨ ਵਾਸਤੇ ਬੁਲਾਇਆ, ਮੈਂ ਤਾਂ ਸੁਣ ਨਹੀਂ ਰਿਹਾ। ਦੋ ਤਿੰਨ ਇਹਨਾਂ ਦੇ ਹੋਰ ਲੈ ਲਓ ਬਿਆਨ, ਕੋਈ ਇਸ਼ੂ ਨਹੀਂ ਹੈ। ਜਸਤੇਜ ਜੀ ਮੈਂ ਫਿਰ ਕਹਿ ਰਿਹਾ ਸਰ, ਤੁਸੀਂ ਪੂਰੀ ਡਿਬੇਟ ਵਿੱਚ ਪੂਰੀ ਡਿਬੇਟ ਚੋਂ ਟਾਈਮ ਕੱਢ ਲਿਓ ਸਰ, ਕਿੰਨਾ ਟਾਈਮ ਤੁਸੀਂ ਬੋਲਿਓ ਤੇ ਕਿੰਨਾ ਟਾਈਮ ਮੈਂ ਬੋਲਿਆ ਸਰ। ਜੇ ਤੁਸੀਂ ਉਹਨਾਂ ਨੂੰ ਫ੍ਰੀ ਹੈਂਡ ਦੇਣਾ, ਤੁਸੀਂ ਹੋਰ ਫ੍ਰੀ ਹੈਂਡ ਦੇ ਦਿਓ, ਮੈਂ ਤਾਂ ਇੱਥੇ ਬੈਠਾ। ਜਸਤੇਜ ਜੀ ਮੈਂ ਤੁਹਾਨੂੰ ਫਿਰ ਮੌਕਾ ਦੇ ਰਿਹਾ, ਤੁਹਾਡੇ ਤੋਂ ਸਵਾਲ ਪੁੱਛ ਰਿਹਾ ਸਰ, ਇਹਦਾ ਜਵਾਬ ਤੁਸੀਂ ਦੇਣਾ ਚਾਹੁੰਦੇ ਹੋ ਨਹੀਂ ਸਰ? ਸਵਾਲ ਇਹਨਾਂ ਨੇ ਬਹੁਤ ਕੀਤੇ। ਜਸਤੇਜ ਜੀ ਮੈਂ ਇੱਕ ਸਵਾਲ ਕਰ ਰਿਹਾ ਸਰ, ਇਹਨਾਂ ਦੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲ ਸਕਦੇ ਸਰ। ਜਸਤੇਜ ਜੀ ਨਾ ਇਹਨਾਂ ਵਕਤ ਹੈਗਾ ਤੁਹਾਡੇ ਕੋਲ ਨਾ ਸਾਡੇ ਕੋਲ, ਜਿਸ ਟੌਪਿਕ ਦੇ ਉੱਪਰ ਹੈ ਮੈਂ ਦੂਜੇ ਟੌਪਿਕ ਤੇ ਵੀ ਜਵਾਬ ਦੇਣ ਨੂੰ ਤਿਆਰ ਹਾਂ। ਜਸਤੇਜ ਜੀ ਸਿੰਪਲ ਸਵਾਲ ਹੈ ਸਰ, ਜਸਤੇਜ ਜੀ ਫ੍ਰੀ ਹੈਂਡ ਤੁਸੀਂ ਪੁਲਿਸ ਨੂੰ ਦਿੱਤਾ ਕਿ ਨਹੀਂ ਦਿੱਤਾ? ਇਹ ਕਹਿੰਦੇ ਅਸੀਂ ਦਿੱਤਾ ਸੀਗਾ, ਤੁਸੀਂ ਨਹੀਂ ਦਿੱਤਾ ਤਾਂ ਜਵਾਬ ਦੇ ਦਿਓ ਸਰ। ਸਰ ਜੀ ਇਹ ਤਾਂ ਜਵਾਬ ਤੁਹਾਡੇ ਆਪਣੇ ਆਪ ਦੇਖੋ, ਝਾਤੀ ਮਾਰੋ, ਤੁਹਾਨੂੰ ਪਤਾ ਹੈ ਕਿ ਕਿੰਨੂੰ ਫ੍ਰੀ ਹੈਂਡ ਕਿੰਨੂੰ ਨਹੀਂ ਹੈ, ਠੀਕ ਹੈ ਨਾ? ਜਦੋਂ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਮੈਨੂੰ ਮੌਕਾ ਨਹੀਂ ਦੇ ਰਹੇ, ਤੁਸੀਂ ਕਹਿੰਦੇ ਉਹਨਾਂ ਦੇ ਸਵਾਲ ਛੱਡੋ, ਪਹਿਲਾਂ ਇਹਨਾਂ ਦੇ ਜਵਾਬ ਦਿਓ। ਪਹਿਲਾਂ ਜਿਹੜੇ ਐਕਸਪਰਟ ਆਏ ਹੋਏ ਹੈ, ਫਾਰਮਰ SSP, ਉਹਨਾਂ ਦਾ ਜਵਾਬ ਦਿਓ। ਹੁਣ ਜਿਹੜੇ ਲੋਕ ਤੋਹਮਤ ਮੇਰੇ ਤੋਂ ਉੱਪਰ ਲਗਾ ਰਹੇ ਆ, ਉਹ ਵੀ ਜਮਾਂ ਹੀ ਗਲਤ ਤੱਥਾਂ ਤੇ, ਤੇ ਮੈਨੂੰ ਤੁਸੀਂ ਤੱਤ ਸਾਹਮਣੇ ਪੇਸ਼ ਕਰਨ ਦਾ ਮੌਕਾ ਨਹੀਂ ਦੇ ਰਹੇ, ਤੇ ਮੈਂ ਮਤਲਬ ਇੱਥੇ ਇੱਕ ਡਮੀ ਵਾਂਗੂ ਬੈਠ ਥੋੜਾ ਜਾਣਾ। ਚਲੋ ਜਸਤੇਜ ਜੀ ਤੁਹਾਡੀ ਸਟੇਟਮੈਂਟ ਰਿਕਾਰਡ ਹੋ ਗਈ ਹੈ ਸਰ, ਸਾਰੇ ਦਰਸ਼ਕਾਂ ਨੇ ਸੁਣ ਲਿਆ ਸਰ। ਤੁਸੀਂ ਸਿੱਧੇ ਇੱਕ ਮਿੰਟ ਜਸਤੇਜ ਜੀ, ਤੁਸੀਂ ਸਿੱਧੇ ਸ਼ਬਦਾਂ ਵਿੱਚ ਐਂਕਰ ਨੂੰ ਕੀ ਕਹਿਣਾ ਚਾਹੁੰਦੇ ਹੋ, ਇਸ ਮੰਚ ਨੂੰ ਕੀ ਕਹਿਣਾ ਚਾਹੁੰਦੇ ਹੋ, ਉਹ ਕਹਿ ਦਿਓ ਜਸਤੇਜ ਜੀ। ਆਪਾਂ ਇਹਨਾਂ ਗੋਲ ਗੋਲ ਕਿਉਂ ਘੁੰਮਦੇ ਪਏ, ਕਹਿ ਦਿਓ ਜੋ ਕਹਿਣਾ ਸਰ। ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਠੀਕ ਹੈ, ਤੁਸੀਂ ਮੈਂ ਤਾਂ ਸਾਫ ਕਹਿ ਰਿਹਾ ਕਿ ਮੈਂ ਤਾਂ ਸਰ ਸਿੰਪਲ ਸਵਾਲ ਕਰ ਰਿਹਾ ਸਰ, ਫ੍ਰੀ ਹੈਂਡ ਹੈ ਜਾਂ ਪੁਲਿਸ ਜਾਂ ਨਹੀਂ ਸਰ? ਸਰ ਇਹ ਤੁਹਾਨੂੰ ਆਪਣੇ ਆਪ ਝਾਤੀ ਮਾਰੋ, ਆਪਣੇ ਅੰਦਰ ਤੁਹਾਨੂੰ ਪਤਾ ਲੱਗ ਜਾਏਗਾ। ਸਰ ਜੇ ਮੈਨੂੰ ਪਤਾ ਹੁੰਦਾ ਸਰ ਤੇ ਮੈਂ ਡਿਬੇਟ ਕਿਉਂ ਕਰਦਾ ਜਸਤੇਜ ਜੀ? ਉਹ ਸਰ ਇਹ ਕੋਈ ਪੁੱਛਣ ਵਾਲੀ ਗੱਲ ਹੈ, ਮਤਲਬ ਫਿਰ ਤਾਂ ਸਵਾਲ ਮੈਂ ਕੋਈ ਪੁੱਛਿਆ ਨਾ ਸਰ, ਤੁਸੀਂ ਦੱਸੋ ਸਰ ਮੈਂ ਕਿਹੜਾ ਸਵਾਲ ਕਰਾਂ, ਮੈਂ ਉਹ ਪੁੱਛ ਲੈਣਾ। ਬੋਲੋ ਜਸਤੇਜ ਜੀ, ਮੈਂ ਫ੍ਰੀ ਹੈਂਡ ਤੁਹਾਨੂੰ ਦੇ ਰਿਹਾ, ਪੁੱਛੋ ਸਰ ਮੈਂ ਕਿਹੜਾ ਸਵਾਲ ਕਰਾਂ, ਪੁੱਛ ਲੈਣਾ। ਫ੍ਰੀ ਹੈਂਡ ਤਾਂ ਖੜਿਆਲ ਸਾਹਿਬ ਕਹਿ ਕੇ ਉਹਨਾਂ ਵੇਲੇ ਵੀ ਸੀਗਾ ਫ੍ਰੀ ਹੈਂਡ, ਤੁਸੀਂ ਭੁੱਲਰ ਸਾਹਿਬ ਨੂੰ ਪੁੱਛੋਗੇ ਉਹਨਾਂ ਨੇ ਵੀ ਕਹਿਣਾ ਫ੍ਰੀ ਹੈਂਡ ਹੈ, ਮੈਨੂੰ ਪੁੱਛੋਗੇ? ਇਹ ਤਾਂ ਉਹੀ ਗੱਲ ਹੈ ਨਾ, ਜੋ ਐਕਸ਼ਨ ਅੱਜ ਦੀ ਡੇਟ ਚ ਮਾਨ ਸਾਹਿਬ ਲੈ ਰਹੇ ਨੇ ਉਹ ਲੋਕਾਂ ਦੀ ਅੱਖਾਂ ਦੇ ਸਾਹਮਣੇ ਹੈ। ਤੁਸੀਂ ਚਲੋ ਸ਼ੁਕਰ ਹੈ ਤੁਸੀਂ ਜਵਾਬ ਦਿੱਤਾ ਜਸਤੇਜ ਜੀ, ਬਹੁਤ ਧੰਨਵਾਦ। ਵਕਤ ਹੋਣੇ ਨਹੀਂ ਹੈ, ਸ਼ੁਕਰ ਹੈ ਤੁਸੀਂ ਜਵਾਬ ਦਿੱਤਾ, ਬਹੁਤ ਧੰਨਵਾਦ। ਖੜਿਆਲ ਸਾਹਿਬ ਤੁਹਾਡਾ ਧੰਨਵਾਦ, ਪੁਲਿਸ ਸਾਹਿਬ ਤੁਹਾਡਾ ਧੰਨਵਾਦ, ਫਾਰਮਰ SSP ਕੁਲਛਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ। ਪੰਜਾਬ ਪੁਲਿਸ ਪਰਚਾ ਤੇ ਪੋਲਿਟਿਕਸ, ਅਸੀਂ ਇਸ ਤੇ ਡਿਬੇਟ ਕੀਤੀ ਹੈ, ਡਿਬੇਟ ਵਿੱਚ ਕੁਝ ਸਵਾਲ ਤਿੱਖੇ ਵੀ ਹੋਏ ਆ ਤੇ ਤਿੱਖੇ ਸਵਾਲਾਂ ਦੇ ਜਵਾਬ ਕੀ ਮਿਲੇ ਆ ਤੁਹਾਡੇ ਸਾਹਮਣੇ ਪਿਆ। ਬਹੁਤ ਧੰਨਵਾਦ।